ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਨੂੰ ਖਰੀਦਣ ਦੇ ਵਿੱਚ ਦੁੱਚਿੱਤੀ ਦੇ ਵਿੱਚ ਪਈ ਹੋਈ ਹੈ ਤੇ ਆਪਣੇ ਪੈਰ ਪਿੱਛੇ ਨੂੰ ਖਿੱਚ ਰਹੀ ਹੈ ਤਾਂ ਇਸ ਨੂੰ ਵੇਖਦਿਆਂ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਆਖਿਰ ਇਸ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਖਰੀਦੇਗੀ ਜਾਂ ਫਿਰ ਅਡਾਨੀ ਖਰੀਦਣਗੇ ਪਰ ਇਸੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਦਮ ਦੇ ਉੱਤੇ ਜਿਹੜੀ ਅਕਾਲੀ ਬੀਜੇਪੀ ਸਰਕਾਰ ਕਹਿੰਦੀ ਸੀ ਸੀ ਬਿਜਲੀ ਸਰਪਲਸ ਕਰਕੇ ਵੇਚਣੀ ਆ ਜੀ ਉਹਨਾਂ ਹੀ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਕਾਂਗਰਸ ਤੇ ਆਪ ਵਾਲੇ ਕਹਿੰਦੇ ਸੀ ਸਾਡੇ ਆਉਂਦੇ ਹੀ ਤਾਲੇ ਲਾਵਾਂਗੇ ਆਪ ਦੀ ਸਰਕਾਰ ਆ ਜੀ ਆਪ ਦੀ ਸਰਕਾਰ ਦਾ ਵੀਹੀ ਨਾਰਾ ਸੀ ਕਿ ਪ੍ਰਾਈਵੇਟ ਸਝ ਉੱਥੇ ਰੱਦ ਕਰਾਂਗੇ ਹੈਨਾ ਤੇ ਉੱਥੇ ਦੀਆਂ ਖਾਨਾ ਸਾਡੀਆਂ ਦੇਖੋ ਜਿਹੜੀਆਂ ਬੰਦ ਪਈਆਂ ਸੀ ਚਲਵਾ ਲੀਆਂ ਇੱਕ ਗੱਡੀ ਨੂੰ ਛੰਡੀ ਵੀ ਆਪ ਦੇ ਲਈ ਸਰਕਾਰ ਨੇ ਖਰਚਣਾ ਹੈ ਨਹੀਂ ਕੋਈ ਪੈਸਾ ਜੀ ਬਿਨਾ ਖਰਚੇ ਹੀ ਕਹਿਣਾ ਦੇਖੋ ਜੀ ਅਸੀਂ ਐਨੇ ਬਚਾਲੇ ਪੰਜਾਬ ਦੇ ਸੋ ਇਹ ਵੀ ਇੱਕ ਤਰੀਕਾ ਪੜ ਜਿਹੜਾ ਬਿਜਲੀ ਸਪਲਾਈ ਵਾਲਾ ਉਹ ਵੀ ਪੂਰੀ ਤਰ੍ਹਾਂ ਪ੍ਰਾਈਵੇਟ ਕਰਨ ਉਤਪਾਦਨ ਤੋਂ ਲੈ ਕੇ ਸਪਲਾਈ ਤੱਕ ਦਾ ਸਾਰਾ ਕੁਝ ਜਦੋਂ ਪ੍ਰਾਈਵੇਟ ਘਰਾਣਿਆਂ ਕੋਲ ਜਾਣਾ ਹੀ ਜਾਣਾ ਤਾਂ ਤੁਸੀਂ ਉਸ ਦੇ ਉੱਤੇ ਕੀ ਕਰ ਲੋਗੇ ਕੇਂਦਰ ਸਰਕਾਰ ਤਾਂ ਪਹਿਲਾਂ ਹੀ ਇਹ ਮਨਸ਼ਾ ਧਾਰੀ ਬੈਠੀ ਹੈ ਕਿ ਸਾਰਾ ਕੁਝ ਪ੍ਰਾਈਵੇਟ ਕਰਨ ਕਰ ਦੋ। ਜੀ ਤੇਰ પેટ્રોલ ડીਜ਼ਲ ਦੀਆਂ ਕੀਮਤਾਂ ਦੇ ਵਿੱਚ ਉਹ ਇਸ ਵਾਰੀ ਵਾਅਦਾ ਹੋਇਆ 4 ਮਹੀਨਿਆਂ ਦੇ ਵਿੱਚ ਦੂਜੀ ਵਾਰੀ ਵਾਅਦਾ ਹੋਇਆ ਤਾਂ ਕਾਫੀ ਵਿਰੋਧ ਵੀ ਹੋ ਰਿਹਾ ਹੈ ਤੇ ਇੱਕ ਪਾਸੇ ਦਾ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਖਜ਼ਾਨਾ ਭਰ ਸਕਦਾ ਹੈ। ਸਰਕਾਰ ਜੋ ਕਰਦੀ ਹੈ ਉਹ ਲੋਕਾਂ ਲਈ ਕਰਦੀ ਹੈ। ਜੀ ਤੇ ਸਰਕਾਰ ਉਹ ਫਿਰ ਗਾ ਕੇ ਵੀ ਦਿਖਾਉਂਦੀ ਹੈ ਸੁਣਾ ਕੇ ਵੀ ਦਿਖਾਉਂਦੀ ਹੈ ਇਸਤਿਹਾਰ ਲਾ ਕੇ ਵੀ ਦਿਖਾਉਂਦੀ ਹੈ ਹੈਨਾ ਟੈਲੀਵਿਜ਼ਨ ਤੇ ਫੋਟੋਆਂ ਚਲਾ ਕੇ ਵੀ ਦਿਖਾਉਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੂਹਰੀ ਖੁਦ ਕਾਗਜ਼ ਲੈ ਕੇ ਬੈਠੇ ਮਾਨਸੇ ਦੀ ਕੈਬਨਟ ਵਾਲੀ ਬੈਠਕ ਤੋਂ ਬਾਅਦ ਕਿ ਅਸੀਂ ਆਹ ਕਰਤਾ ਆਹ ਕਰਾਂਗੇ ਆ ਫੈਸਲੇ ਲਏ ਉਹ ਕਾਗਜ਼ ਪਤਾ ਨਹੀਂ ਕਿੱਥੇ ਭੁੱਲਿਆ ਜਿਹਦੇ ਵਿੱਚ ਰੇਟ ਵਧਾਉਣ ਵਾਲੀ ਗੱਲ ਦਸਨੀ ਹੈ ਕੱਲ ਰੈਲੀ ਕੀਤੀ ਗਈ ਮਹਾ ਰੈਲੀ ਕੀਤੀ ਗਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫੀ ਨਿਸ਼ਾਨੇ ਵੀ ਦੋਹਾਂ ਮੁੱਖ ਮੰਤਰੀਆਂ ਦੇ ਵੱਲੋਂ ਸਾਹਦੇ ਗਏ ਇੱਕ ਪਾਸੇ ਮਨੀਸ਼ ਸ਼ਿਸ਼ੋਧਿਆ ਅੰਦਰ ਨੇ ਜੀ ਦੂਸਰੇ ਪਾਸੇ ਕੇਜਰੀਵਾਲ ਦੇ ਉੱਤੇ ਵੀ ਰਾਜਨੀਤਿਕ ਤਲਵਾਹ ਲਟਕ ਰਹੀ ਹੈ ਜੀ ਤੀਸਰੇ ਪਾਸੇ ਰਾਗਵ ਚੱਡਾ ਹੋਰਾ ਤੋਂ ਕੋਠੀ ਖਾਲੀ ਕਰਾਉਣ ਦੀ ਕਵਾਇਦ ਆ ਗਈ ਜੀ ਤੋਂ ਜਦੋਂ ਜਾਰੀ ਹੁੰਦੀ ਆ ਤਾਂ ਸਹੂਲਤਾਂ ਵੀ ਮਿਲ ਜਾਂਦੀਆਂ ਹਨ ਜਦੋਂ ਇਹ ਥੋੜਾ ਜਿਹਾ ਖਿਚੋਤ ਤਣਾਅ ਵੱਧਦੀ ਆ ਤਾਂ ਦੇ ਕੁਝ ਵੀ ਹੁੰਦਾ ਕੇਜਰੀਵਾਲ ਨੂੰ ਇਹ ਲੱਗਦਾ ਕਿ ਹਾਂ 24 ਜਮੈਂ ਕੰਮ ਨਹੀਂ ਖੜੂਗਾ ਇਸ ਦੇ ਲਈ ਫਿਰਾਰਪਾਤ ਦੀ ਲੜਾਈ ਲੜਨ ਲਈ ਖਿੱਚਣੀ ਪੈਣੀ ਹੈ ਸੋ ਇਹ ਰਾਜਨੀਤਿਕ ਲੀਕਾਂ ਨੇ ਕਦੋਂ ਖਿੱਚੀਆਂ ਜਾਣ ਕਦੋਂ ਜੱਪੀਆਂ ਪਹਿਣ ਤੇ ਪਤਾ ਹੀ ਲੱਗਦਾ ਵਿਜੀਠੀਆ ਡਿਸਟ੍ਰਿਕਟ ਦੀ ਜੱਪੀ ਸਭ ਨੂੰ ਪਤਾ ਸੋ ਇਸ ਵੀ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਆ ਆਰਡੀਨੈਂਸ ਵਾਲੇ ਮੁੱਦੇ ਤੇ ਘੱਟ ਜੀ 2024 ਦੀਆਂ ਚੋਣਾਂ ਨੂੰ ਲੈ ਕੇ ਜਿਆਦਾ ਸੀ ਕਿ ਚੋਣਾਂ ਤੇ ਸਾਡਾ ਕੰਟਰੋਲ ਆ ਜਾਵੇ ਚੋਣਾਂ 'ਚ ਅਸੀਂ ਇੱਕ ਧਿਰ ਬਣ ਜਾਈਏ ਮਸਲਾ ਸਿਰਫ ਚਿਹਰਾ ਬਣਦਾ ਏ ਮੈਂ ਮਸਲਾ ਲੋਕਾਂ ਦਾ ਨਹੀਂ ਹੈ ਜਨਤਾ ਦਾ ਨਹੀਂ ਹੈ ਜੇਕਰ ਜਨਤਾ ਦੇ ਫਿਕਰ ਹੁੰਦੇ ਤਾਂ ਬਹੁਤ ਕੁਝ ਹੱਲ ਹੋ ਗਿਆ ਹੁੰਦਾ ਕੈਨੇਡਾ ਦੇ ਵਿੱਚ ਜੋ ਸਟੂਡੈਂਟਸ ਦੇ ਵੱਲੋਂ ਧਰਨਾ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਡਿਪੋਰਟੇਸ਼ਨ ਦਾ ਉਹਨਾਂ ਨੂੰ ਡਰ ਸਤਾ ਰਿਹਾ ਸੀ ਪਰ ਹੁਣ ਵੱਡੀ ਰਾਹਤ ਉਹਨਾਂ ਨੂੰ ਦਿੱਤੀ ਗਈ ਹੈ ਫੌਰੀ ਤੌਰ ਤੇ ਤੁਹਾਡੀ ਅਜੇ ਬਤਾਈ ਅਜੇ ਟੈਂਪਰੇਰੀ ਰਾਹਤ ਹੈ ਜੀ ਕੁਝ ਭਲਾਂ ਦੀ ਰਾਤ ਹੈਗੀ ਆ ਹੋ ਸਕਦਾ ਹੈ ਪਰਮਾਨੈਂਟ ਰਾਤ ਬਣ ਕੇ ਆਵੇ ਕਿਉਂਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਉਹਨਾਂ ਦੇ ਜੀਵਨ ਦਾ ਸਵਾਲ ਹੈ ਉਹਨਾਂ ਦੇ ਰਿਸ਼ਤੇ ਦਾ ਸਵਾਲ ਹੈ ਸੋ ਮਾਪਿਆਂ ਨੇ ਪਿੱਛੇ ਸਾਰਾ ਕੁਝ ਦਾਤ ਦਿੱਤਾ ਹੈ ਸਤਿ ਸ਼੍ਰੀ ਅਕਾਲ ਗਲੋਬਲ ਪੰਜਾਬ ਪੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਚਤਿੰਦਰ ਕੋਰ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸੁਆਗਤ ਕਰਦੇ ਹਾਂ ਸੁਆਗਤ ਹੈ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਸ਼ੁਕਰੀਆ ਜਤਿੰਦਰ ਜੀ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪ ਜੀ ਪੰਜਾਬ ਸਰਕਾਰ ਦੇ ਵੱਲੋਂ ਗੋਇੰਦਵਾਲ ਦਾ ਜੋ ਥਰਮਲ ਪਲਾਂਟ ਹੈ ਉਹ ਖਰੀਦਿਆ ਜਾਵੇਗਾ ਕਾਫੀ ਚਰਚਾ ਇਸ ਬਾਰੇ ਹੋ ਰਹੀ ਸੀ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਨੂੰ ਖਰੀਦਣ ਦੇ ਵਿੱਚ ਦੁਚਿੱਤੀ ਦੇ ਵਿੱਚ ਪਈ ਹੋਈ ਹੈ ਤੇ ਆਪਣੇ ਪੈਰ ਪਿੱਛੇ ਨੂੰ ਖਿੱਚ ਰਹੀ ਹੈ ਤਾਂ ਇਸ ਨੂੰ ਵੇਖਦਿਆਂ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਆਖਰ ਇਸ ਥਰਮਲ ਪਲਾਂਟ ਨੂੰ ਪੰਜਾਬ ਸਰਕਾਰ ਖਰੀਦੇਗੀ ਜਾਂ ਫਿਰ ਅਡਾਨੀ ਖਰੀਦਣਗੇ ਜਿੰਦਰ ਜੀ ਬਿਲਕੁਲ ਇਸ ਤੇ ਦੋ ਤਿੰਨ ਪੜਾਵਾਂ 'ਚ ਸਥਿਤੀ ਨੂੰ ਸਮਝਣ ਦੀ ਲੋੜ ਹੈ ਜੀ ਪੰਜਾਬ ਨੂੰ ਬਿਜਲੀ ਦੀ ਲੋੜ ਹੈ ਬਿਲਕੁਲ ਤੇ ਇਹਨਾਂ ਦਿਨਾਂ ਚ ਖਾਸ ਕਰਕੇ ਦਿੱਕਤ ਆਉਂਦੀ ਹੈ ਤੇ ਫਿਰ ਸਾਨੂੰ ਬਾਹਰਲੇ ਸੂਬਿਆਂ ਤੋਂ ਬਿਜਲੀ ਲੈਣੀ ਵੀ ਪੈਂਦੀ ਹੈ ਜੀ ਪਰ ਤੁਹਾਡੇ ਧਿਆਨ ਚ ਹੋਣਾ ਕਿਸੇ ਸਮੇਂ ਪੰਜਾਬ ਚ ਅਕਾਲੀ ਭਾਜਪੀ ਦੀ ਸਰਕਾਰ ਸੀ ਤੇ ਸੁਖਬੀਰ ਬਾਦਲ ਕਹਿੰਦੇ ਹੁੰਦੇ ਸੀ ਕਿ ਅਸੀਂ ਬਿਜਲੀ ਇੰਨੀ ਸਰਪਲਸ ਕਰ ਲਈ ਕਿ ਅਸੀਂ ਪਾਕਿਸਤਾਨ ਨੂੰ ਵੇਚਿਆ ਕਰਾਂਗੇ ਜੀ ਪਾਕਿਸਤਾਨ ਸਭ ਤੋਂ ਬਿਜਲੀ ਲਿਆ ਕਰੂਗਾ ਤੇ ਉਸ ਸਮੇਂ ਉਹਨਾਂ ਦੇ ਰਾਜ ਸੀ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਦੀ ਇੱਥੇ ਨਹੀਂ ਰੱਖੀ ਗਈ ਜੀ ਮਾਹਰ ਉਸ ਸਮੇਂ ਵੀ ਕਹਿੰਦੇ ਸੀ ਮਾਹਰ ਅੱਜ ਵੀ ਇਸੇ ਗੱਲ ਤੇ ਨੇ ਕਿ ਥਰਮਲ ਪਲੈਂਟ ਇੱਥੇ ਲਾਉਣ ਦੀ بجائے ਜਿੱਕਰ ਜਿੱਥੇ ਕੋਲਾ ਨਿਕਲਦਾ ਉੱਥੇ ਲਾਏ ਗਏ ਹੁੰਦੇ ਤੇ ਹਰੇ ਸਾਡੇ ਗ੍ਰਿਡ ਜਿਹੜੇ ਅਪਗ੍ਰੇਡ ਹੋਣੇ ਸੀ ਉਹ ਗ੍ਰਿਡ ਅਪਗ੍ਰੇਡ ਕਰ ਲਏ ਗਏ ਹੁੰਦੇ ਤਾਂ ਫਿਰ ਸਾਨੂੰ ਬਿਜਲੀ ਲਿਆਉਣੀ ਸਾਨੀ ਸੀ ਨਾ ਕਿ ਉੱਥੋਂ ਕੋਲਾ ਢੋਣਾ ਤੇ ਫਿਰ ਢੋਣ ਦੇ ਵੀ ਪੈਸੇ ਦੇਣਾ ਫਿਰ ਕੋਲਾ ਧੋਣ ਦੇ ਵੀ ਪੈਸੇ ਦੇਣਾ ਤੇ ਫਿਰ ਪ੍ਰਾਈਵੇਟ ਥਰਮਲ ਪਲਾਂਟ ਦਾ ਬੋਝ ਵੀ ਸਿਰ ਤੇ ਲੈਣਾ ਸਰਕਾਰੀ ਚੱਲਦਾ ਚਾਹ ਨਹੀਂ ਚੱਲਦਾ ਉਹਦੇ ਮੁਲਾਜ਼ਮਾਂ ਨੂੰ ਵੀ ਤਨਖਾਹ ਦੇਣੀ ਹੈ ਪ੍ਰਾਈਵੇਟ ਤੁਹਾਨੂੰ ਚੱਲੇ ਨਾ ਚੱਲੇ ਤੁਹਾਨੂੰ ਬਿਜਲੀ ਉੱਥੋਂ ਜਿੰਨੀ ਆਈ ਉਹ ਨਹੀਂ ਲੈਣੀ ਪੈਣੀ ਉਹ ਸਾਰੇ ਹਵਾਲੇ ਖੜੇ ਸੀਗੇ ਤੁਹਾਡੇ ਤੇ ਸਿਰ ਤੇ ਇੱਕ ਨਵਾਂ ਬੋਝ ਪੈਣਾ ਬਿਲਕੁਲ ਪਰ ਇਹ ਸੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਦਮ ਦੇ ਉੱਤੇ ਜਿਹੜੀ ਅਕਾਲੀ ਭਾਜਪਾ ਸਰਕਾਰ ਕਹਿੰਦੀ ਸੀ ਸੀ ਬਿਜਲੀ ਸਰਪਲਸ ਕਰਕੇ ਵੇਚਣੀ ਆ ਜੀ ਉਹਨਾਂ ਹੀ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਕਾਂਗਰਸ ਤੇ ਆਪ ਵਾਲੇ ਕਹਿੰਦੇ ਸੀ ਸਾਡੇ ਆਉਂਦੇ ਹੀ ਤਾਲੇ ਲਾਵਾਂਗੇ ਹਮ ਸਾਡੇ ਆਉਂਦੇ ਹੀ ਇਹ ਸਮਝੌਤੇ ਰੱਦ ਕਰਾਂਗੇ ਕਿ ਇਹਨਾਂ ਨੇ ਪੰਜਾਬ ਦਾ ਖਜ਼ਾਨਾ ਖਾਲੀ ਕਰਤਾ ਪੰਜਾਬ ਨਾਲ ਧੋਖਾ ਹੈ ਜੀ ਕਾਂਗਰਸੀ ਸਰਕਾਰ ਆਕੇ ਵੀ ਚੱਲ ਗਈ ਦੋ ਦੋ ਮੁੱਖ ਮੰਤਰੀ ਆਕੇ ਚਲੇ ਗਏ ਬਿਲਕੁਲ ਪਰ ਥਰਮਲ ਪਲਾਂਟ ਜਿਉਂ ਦੇ ਤਿਉਂ ਰਹੇ ਉਲਟਾ ਅਗਲੇ ਕੋਰਟ 'ਚ ਜਾ ਕੇ ਆਪਣੇ ਪੈਸੇ ਹੋਰ ਵਧਵਾ ਲਏ ਜੀ ਉਸ ਤੋਂ ਬਾਅਦ ਹੁਣ ਆਪਦੀ ਸਰਕਾਰ ਆ ਗਈ ਆਪਦੀ ਸਰਕਾਰ ਦਾ ਵੀ ਇਹੀ ਨਾਰਾ ਸੀ ਕਿ ਪ੍ਰਾਈਵੇਟ ਸਮਝੌਤੇ ਰੱਦ ਕਰਾਂਗੇ ਹੈਨਾ ਤੇ ਉੱਥੇ ਦੀਆਂ ਖਾਨਾ ਸਾਡੀਆਂ ਦੇਖੋ ਜਿਹੜੀਆਂ ਬੰਦ ਪਈਆਂ ਸੀ ਚਲਵਾ ਲਈਆਂ ਇੱਕ ਗੱਡੀ ਨੂੰ ਛੰਡੀ ਵੀ ਆਪ ਦੇ ਲਈ ਸੋ ਸਾਰੇ ਵਰਤਾਰੇ ਤੋਂ ਬਾਅਦ ਹੁਣ ਗੱਲ ਆ ਗਈ ਥਰਮਲ ਪਲਾਂਟ ਦੀ ਗੱਲ ਕਿ ਜੀ ਇਹਦਾ ਤਾਂ ਸਮਾਹਤ ਮੁਕਣ ਵਾਲਾ ਜੀ ਤੇ ਹੁਣ ਜਿਹਦੀ ਦੁਆਰਾ ਬਿਡ ਲੱਗਣੀ ਹੈ ਤੇ ਦੇਖਦੇ ਹਾਂ ਜੀ ਕੀ ਹੁੰਦਾ ਤੇ ਇਹਦੇ ਦਰਮਿਆਨ ਹੀ ਇਹ ਖਬਰ ਸਾਹਮਣੇ ਆਈ ਕਿ ਪੰਜਾਬ ਸਰਕਾਰ ਖੀਦਣ ਦੀ ਤਿਆਰੀ ਚਾ ਜੀ ਪੰਜਾਬ ਸਰਕਾਰ ਪ੍ਰਾਈਵੇਟ ਥਰਮਲ ਪਲੈਂਟ ਜਿਹੜਾ ਸ਼੍ਰੀ ਗੋਵਿੰਦਵਾਲ ਸਾਹਿਬ ਵਿਖੇ ਲੱਗਾ ਉਹਨੂੰ ਖਰੀਦ ਲੂਗੀ ਸੋ ਇਹਦੇ ਨਾਲ ਆਮ ਆਦਮੀ ਪਾਰਟੀ ਨੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਭਗਵੰਤ ਮਾਨ ਉਹਨਾਂ ਦੇ ਖੁਦੇ ਬੋਲਣ ਜੀ ਕਿ ਦੇਖੋ ਹੁਣ ਦੀਆਂ ਪਹਿਲੀਆਂ ਸਰਕਾਰਾਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਦੇ ਟਾਈਮ 'ਚ ਸਰਕਾਰੀ ادارے ਵਿਕਦੇ ਸੀ ਅਸੀਂ ਆ ਜਿਹੜੇ ਪ੍ਰਾਈਵੇਟ ادارے ਵੀ ਖਰੀਦ ਰਹੇ ਹਾਂ ਇੱਕ ਚੰਗੀ ਪੈਸਕਦਮੀ ਲੱਗਦੀ ਹੈ ਕਿ ਠੀਕ ਹੈ ਜੀ ਤੁਸੀਂ ਪ੍ਰਾਈਵੇਟ ਅਧਾਰੀ ਨੂੰ ਸਰਕਾਰੀ ਕਰੋਗੇ ਤਾਂ ਉੱਥੇ ਚਾਰ ਬੰਦਿਆਂ ਨੂੰ ਨੌਕਰੀ ਮਿਲੂਗੀ ਰੋਜ਼ਗਾਰ ਮਿਲੂਗਾ ਤੇ ਸਰਕਾਰੀ ਹੋ ਜਾਊਗਾ ਲੋਕਾਂ ਨੂੰ ਰਾਤ ਮਿਲੂਗੀ ਇਹਦੇ ਨਾਲ ਉਮੀਦ ਕੀਤੀ ਜਾਂਦੀ ਹੈ ਜੇ ਇਹ ਸਰਕਾਰੀ ਹੋ ਜਾਂਦਾ ਜੀ ਤਾਂ 2 ਰੁਪਏ ਜੁੰਡ ਤੱਕ ਦਾ ਰੇਟ ਘਟ ਸਕਦਾ ਹੈ ਬਿਜਲੀ ਦਾ ਇਹ ਸਵਾਲ ਇਹਨਾਂ ਸਰਕਾਰ ਨੂੰ ਪ੍ਰਚਾਰਿਆ ਜੀ ਪਰ ਪਿਛਲੇ ਦਿਨੀ ਜਤਿੰਦਰ ਜੀ ਮਾਨਸਾ ਦੇ ਵਿੱਚ ਕੈਬਨਿਟ ਬੈਠਕ ਹੋਈ ਜੀ ਉਸ ਕੈਬਨਿਟ ਬੈਠਕ ਦੇ ਅੰਦਰ ਇਸ ਬਿਡ ਦੇ ਵਿੱਚ ਸ਼ਾਮਲ ਹੋਣ ਦਾ ਮਤਾ ਪਾ ਆ ਗਿਆ ਕਿ ਆਪਾਂ ਇਸ ਬੋਲੀ ਦੇ ਵਿੱਚ ਸ਼ਾਮਲ ਹੋਣਾ ਜਿਹੜੀ ਥਰਮਲ ਪਲਾਨ ਖਰੀਦਦੇ ਲਈ ਹੈ ਇਹ ਤੈ ਨਹੀਂ ਹੋਇਆ ਕਿ ਜੋ ਮਰਜ਼ੀ ਹੋ ਜਵੇ ਖਰੀਦਣਾ ਜੀ ਜਾਂ ਤਾਂ ਇਹ ਹੁੰਦਾ ਕਿ ਭਾਈ ਜੇ ਸੱਤ ਤੱਕ ਜਾਂਦੀ ਹੈ ਫਿਰ ਜਾਵੇ ਆਪਾਂ ਖਰੀਦਾਂਗੇ ਜੀ ਜਾਂ ਫਿਰ ਇਹ ਹੈ ਕਿ ਆਪਾਂ ਬਸ ਸ਼ਾਮਲ ਹੋਣਾ ਭਾਈ ਦਿਖਾਉਣਾ ਹੈ ਕਿ ਦੇਖੋ ਅਸੀਂ ਇਹ ਵੀ ਕੋਸ਼ਿਸ਼ ਕੀਤੀ ਜੀ ਤੇ ਉਹਦਾ ਪ੍ਰਚਾਰ ਵੀ ਆਪਾਂ ਕਰ ਲਿਆ ਤੇ ਅਸੀਂ ਜੀ ਫਿਰ ਕੱਲ ਨੂੰ ਜਾ ਕੇ ਆਪਾਂ ਕਹਿ ਦਾਂਗੇ ਕਿ ਨਹੀਂ ਜੀ ਉਹ ਇੰਨੀ ਜਾਦੇ ਬੋਲੀ ਚਲੀ ਗਈ ਸੀ ਕਿ ਅਸੀਂ ਕੀ ਕਰੀ ਨਹੀਂ ਪੰਜਾਬ ਦਾ ਖਜ਼ਾਨਾ ਥੋੜਾ ਲਟਾਉਣਾ ਅਸਾਂ ਖਜ਼ਾਨਾ ਬਚਾ ਲਿਆ ਹਮ ਬਿਨਾ ਖਰਚਿਆਂ ਦਿਖਾ ਵੀ ਦੇਣਾ ਕਿ ਦੇਖੋ ਥਰਮਲ ਪ੍ਰਿੰਟ ਅਸੀਂ ਖਰੀਦਣ ਦੀ ਕੋਸ਼ਿਸ਼ ਕੀਤੀ ਜੀ ਉਹ ਕਹਿੰਦੇ ਕਿ ਇੱਕ ਵਾਰ ਨਾ ਇੱਕ ਬੰਦਾ ਮਤਲਬ ਕਿ ਆਪਣੇ ਘਰੇ ਆ ਕੇ ਆਪਣੀ ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਅੱਜ ਨਾ ਮੈਂ 10 ਰੁਪਏ ਬਚਾ ਲਏ ਜੀ ਉਹ ਕਹਿੰਦੀ ਕਿਵੇਂ ਬਚਾ ਲੇ ਉਹ ਕਹਿੰਦਾ ਬੱਸ ਫੜਨੀ ਸੀ ਨਾ ਜਿੱਦਾਂ ਹੀ ਮਾਡੇ ਤੇ ਪਹੁੰਚਿਆ ਇਹਨੂੰ ਬੱਸ ਨਿਕਲ ਗਈ ਕਹਿੰਦਾ ਮੈਂ ਮਗਰ ਭੱਜ ਕੇ ਦਫ਼ਤਰ ਪਹੁੰਚ ਗਿਆ 10 ਰੁਪਏ ਬਚ ਗਏ ਉਹ ਕਹਿੰਦੀ ਫੋਟ ਫਿਰ ਕਹਿੰਦੇ ਟੈਕਸੀ ਮਗਰ ਭੱਜਦਾ ਘਟੋ ਘਟ 50 ਰੁਪਏ ਦਾ ਬਚਦੇ ਸੋ ਇਸ ਲਈ ਉਹ ਕਮ ਹੈ ਕਿ ਸਰਕਾਰ ਨੇ ਖਰਚਣਾ ਹੈ ਨਹੀਂ ਕੋਈ ਪੈਸਾ ਜੀ ਬਿਨਾ ਖਰਚੇ ਹੀ ਕਹਿਣਾ ਦੇਖੋ ਜੀ ਅਸੀਂ ਐਨੇ ਬਚਾ ਲਏ ਪੰਜਾਬ ਦੇ ਸੋ ਇਹ ਵੀ ਇੱਕ ਤਰੀਕਾ ਬਿਲਕੁਲ ਸਵਾਲ ਇੱਥੇ ਇਕੱਲੀ ਸਰਕਾਰ ਦਾ ਨਹੀਂ ਹੈ ਜੀ ਸਵਾਲ ਇਹ ਹੈ ਕਿ ਮੌਜੂਦਾ ਦੌਰ ਦੇ ਵਿੱਚ ਥਰਮਲ ਪਲਾਂਟ ਪ੍ਰਾਈਵੇਟ ਹੈ ਜੀ ਤੇ ਆਉਣ ਵਾਲੇ ਸਮੇਂ 'ਚ ਜੇ ਅਡਾਨੀ ਖਰੀਦੇ ਚਾਹੇ ਅਵਾਨੀ ਖਰੀਦੇ ਪ੍ਰਾਈਵੇਟੇ ਰਹਿਣਾ ਕਿਉਂਕਿ ਪੰਜਾਬ ਸਰਕਾਰ ਤੋਂ ਇਲਾਵਾ 12 ਪਲੇਅਰ ਨੇਸ ਡਾਟ ਦੇ ਵਿੱਚ 12 ਕੰਪਨੀਆਂ ਹੋਰ ਪ੍ਰਾਈਵੇਟ ਦੌੜ ਦੇ ਵਿੱਚ ਨੇ ਜਿਹੜੀਆਂ ਥਰਮਲ ਪਲਾਂਟ ਖਰੀਦਣਾ ਚਾਹੁੰਦੀਆਂ ਨੇ ਸੋ ਇਸ ਲਈ ਇਹ ਸਵਾਲੇ ਨਾਲ ਅੱਜ ਵੀ ਸਰਕਾਰ ਨੂੰ ਮੈਨੂੰ ਲੱਗਦਾ ਇਸ ਗੱਲ ਤੇ ਗੌਰ ਕਰਨ ਦੀ ਲੋੜ ਹੈ ਕਿ ਇੱਕ ਤਾਂ ਅਸੀਂ ਬਿਜਲੀ ਦੀ ਖਪਤ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਜੀ ਅਸੀਂ ਕਿਵੇਂ ਕੁਦਰਤੀ ਵਾਤਾਵਰਣ ਵੱਲ ਨੂੰ ਰੁੱਖ ਲਗਾਉਣ ਵੱਲ ਨੂੰ ਕਿਵੇਂ ਵੱਧ ਸਕਦੇ ਹਾਂ ਉਹਦੇ ਨਾਲ ਸਾਡੀ ਏਸੀ ਦੀ ਉਹ ਘਟੇ ਹੈ ਨਾ ਸਾਡੀਆਂ ਜਿਹੜੀਆਂ ਪਾਣੀ ਕੱਢਣੀਆਂ ਮਸ਼ੀਨਾਂ ਨੇ ਉਹਨਾਂ ਨੂੰ ਕਿਵੇਂ ਰੋਕ ਸਕਦੇ ਆ ਸੋ ਇਹ ਸਾਰੀਆਂ ਚੀਜ਼ਾਂ ਤੇ ਕੰਟਰੋਲ ਕਰਨ ਦੀ ਲੋੜ ਦੇ ਨਾਲ-ਨਾਲ ਦੂਸਰੇ ਪਾਸੇ ਹੈ ਕਿ ਅਸੀਂ ਆਪਣੇ ਪਾਵਰ ਗ੍ਰਿਡਾ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਆ ਉਹਨਾਂ ਦੀ ਤਾਕਤ ਕਿਵੇਂ ਵਧਾ ਸਕਦੇ ਆ ਉਹਨਾਂ ਦੀ ਕਿਉਂਕਿ ਬਾਹਰੋਂ ਬਿਜਲੀ ਲਿਆਉਣੀ ਸਾਨ ਹੈ ਜੀ ਜੇਕਰ ਤੁਸੀਂ ਖਰੀਦਣੀ ਵੀ ਹੈ ਪਰ ਉਹ ਆਸਾਨ ਹੈ ਸੋ ਹੁਣ ਇਹ ਸਵਾਲ ਇਹ ਨਾਲ ਕਿ ਜੇਕਰ ਬਿਜਲੀ ਸਸਤੀ ਹੁੰਦੀ ਹੈ ਤਾਂ ਕੀ ਉਸ ਨੀਤੀ ਤੇ ਸਰਕਾਰ ਖਰੀਦੂਗੀ ਪਰ ਹੁਣ ਤੱਕ ਇਹੀ ਲੱਗਦਾ ਹੈ ਕਿ ਸਰਕਾਰ ਖਰੀਦਣ ਦੀ ਰੋਚ ਹੈ ਪਰ ਜਿਵੇਂ ਤੁਸੀਂ ਵੀ ਕਿਹਾ ਕਿ ਇਹ ਖਬਰ ਆ ਰਹੀ ਹੈ ਨੇ ਖਬਰਾਂ ਬਿਲਕੁਲ ਇਹ ਉਸ ਬੈਠਕ ਤੋਂ ਬਾਅਦ ਹੀ ਆਈਆਂ ਨੇ ਜਿਹੜੀ ਬੈਠਕ 'ਚ ਇਹਨਾਂ ਨੇ ਤੈਅ ਕੀਤਾ ਕਿ ਖਰੀਦਣਾ ਨਹੀਂ ਖਰੀਦਣ ਦੀ ਕੋਸ਼ਿਸ਼ ਕਰਨੀ ਹੈ ਉਸ ਕੋਸ਼ਿਸ਼ 'ਚ ਆਪਣੇ ਦਾਇਰੇ 'ਚ ਰਹਿ ਕੇ ਗੱਲ ਬਣ ਗਈ ਤਾਂ ਠੀਕ ਆ ਨਹੀਂ ਫਿਰ ਅਸੀਂ ਕਹਾਂਗੇ ਸਾਬਾਤ ਬਹੁਤ ਕੋਸ਼ਿਸ਼ ਕੀਤੀ ਪਰ ਪੈਸੇ ਖਜ਼ਾਨੇ ਦੇ ਬਚ ਗਏ ਸੋ ਅਡਾਨੀ ਇਹਦੇ ਵਿੱਚ ਦੌੜ ਚ ਨੇ ਜੀ ਤੇ ਉਹ ਮੁਖਤਿਰ ਵੱਜੋ ਨੇ ਤੇ ਹੋਰ ਕਾਰਪੋਰੇਟ ਘਰਾਣੇ ਨੇ ਸੋ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਡੋਰ ਰਹਿਣੀ ਆ ਤੇ ਇੱਥੇ ਤਾਂ ਇਹ ਇਕੱਲਾ ਮਸਲਾ ਥੋੜਾ ਮਸਲਾ ਤਾਂ ਇਹ ਤੋਂ ਅਗਾਹ ਦਾ ਵੀ ਖੜਾ ਕਿ ਬਿਜਲੀ ਸਪਲਾਈ ਵੀ ਪੂਰੀ ਤਰ੍ਹਾਂ ਕੇਂਦਰ ਵੀ ਇਸ ਦੇ ਰਾਹੇ ਆ ਜੀ ਜਿਹੜਾ ਬਿਜਲੀ ਸਪਲਾਈ ਵਾਲਾ ਉਹ ਵੀ ਪੂਰੀ ਤਰ੍ਹਾਂ ਪ੍ਰਾਈਵੇਟ ਕਰਨ ਉਤਪਾਦਨ ਤੋਂ ਲੈ ਕੇ ਸਪਲਾਈ ਤੱਕ ਦਾ ਸਾਰਾ ਕੁਝ ਜਦੋਂ ਪ੍ਰਾਈਵੇਟ ਘਰਾਣਿਆਂ ਕੋਲ ਜਾਣਾ ਹੀ ਜਾਣਾ ਤਾਂ ਤੁਸੀਂ ਉਸ ਦੇ ਉੱਤੇ ਕੀ ਕਰ ਲੋਗੇ ਕੇਂਦਰ ਸਰਕਾਰ ਤਾਂ ਪਹਿਲਾਂ ਹੀ ਇਹ ਮਨਸ਼ਾ ਧਾਰੀ ਬੈਠੀ ਹੈ ਕਿ ਸਾਰਾ ਕੁਝ ਪ੍ਰਾਈਵੇਟ ਕਰਨ ਕਰ ਦੋ ਸੋ ਇਹ ਪੰਜਾਬ ਦੇ ਉੱਤੇ ਰਾਹਤ ਵਾਲੀ ਉਮੀਦ ਦੇ ਉੱਤੇ ਇੱਕ ਨਵਾਂ ਮਤਲਬ ਕਿ ਬਾਹਰ ਪੈ ਸਕਦਾ ਇੱਕ ਨਵਾਂ ਖਰਚਾ ਵਧਣ ਦਾ ਖਤਰਾ ਖੜਾ ਹੈ ਬਿਲਕੁਲ ਬਿਲਕੁਲ ਦੀਪ ਜੀ ਜੇਕਰ ਪੰਜਾਬ ਸਰਕਾਰ ਇਸ ਥਰਮਲ ਪਲਾਂਟ ਨੂੰ ਖਰੀਦਦੀ ਹੈ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਵੱਡੀ ਰਾਹਤ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਜੇਕਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਉਹ ਇਸ ਵਾਰੀ ਵਾਧਾ ਹੋਇਆ 4 ਮਹੀਨਿਆਂ ਦੇ ਵਿੱਚ ਦੂਜੀ ਵਾਰੀ ਵਾਧਾ ਹੋਇਆ ਤਾਂ ਕਾਫੀ ਵਿਰੋਧ ਵੀ ਹੋ ਰਿਹਾ ਹੈ ਤੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਖਜ਼ਾਨਾ ਭਰ ਸਕਦਾ ਹੈ ਤੇ ਦੂਜੇ ਪਾਸੇ ਆਮ ਲੋਕਾਂ ਦੇ ਬੋਝ ਤੇ ਭਾਰੀ ਅਸਰ ਪੈ ਰਿਹਾ ਪਰ ਇਸ ਨੂੰ ਕਿਵੇਂ ਰਾਹਤ ਮੰਨਿਆ ਜਾਵੇ ਲੋਕਾਂ ਦਾ ਕਹਿਣਾ ਹੈ ਨਹੀਂ ਨਹੀਂ ਸਰਕਾਰ ਜੋ ਕਰਦੀ ਹੈ ਉਹ ਲੋਕਾਂ ਲਈ ਕਰਦੀ ਹੈ ਜੀ ਤੇ ਸਰਕਾਰ ਉਹ ਫਿਰ ਗਾ ਕੇ ਵੀ ਦਿਖਾਉਂਦੀ ਹੈ ਸੁਣਾ ਕੇ ਵੀ ਦਿਖਾਉਂਦੀ ਹੈ ਇਸਤਿਹਾਰ ਲਾ ਕੇ ਵੀ ਦਿਖਾਉਂਦੀ ਹੈ ਹੈ ਨਾ ਟੀਵੀਨ ਅਤੇ ਫੋਟੋਆਂ ਚਲਾ ਕੇ ਵੀ ਦਿਖਾਉਂਦੀ ਹੈ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੂਹਰੀ ਖੁਦ ਕਾਗਜ਼ ਲੈ ਕੇ ਬੈਠੇ ਮਾਨਸੇ ਦੀ ਕੈਬਨਟ ਵਾਲੀ ਬੈਠਕ ਤੋਂ ਬਾਅਦ ਜੀ ਕਿ ਅਸੀਂ ਆਹ ਕਰਤਾ ਆਹ ਕਰਾਂਗੇ ਆ ਫੈਸਲੇ ਲਏ ਉਹ ਕਾਗਜ਼ ਪਤਾ ਨਹੀਂ ਕਿੱਥੇ ਭੁੱਲਿਆ ਜਿੱਦੇ ਵਿੱਚ ਰੇਟ ਵਧਾਉਣ ਵਾਲੀ ਗੱਲ ਦੱਸਣੀ ਸੀ ਜੀ ਸਾਰਾ ਕੁਝ ਦੱਸਿਆ ਉਹ ਚ ਇਹ ਨਹੀਂ ਦੱਸਿਆ ਕਿ ਅਸੀਂ ਬੈਟ ਵਧਾਤਾ ਪٹرول ਡੀਜ਼ਲ ਮਹਿੰਗਾ ਹੋ ਜਾਣਾ ਅੱਧੀ ਰਾਤ ਨੂੰ ਇਹ ਲੋਕਾਂ ਨੂੰ ਪਤਾ ਲੱਗੇ ਜਦੋਂ ਪੰਪ ਤੇ ਪਹੁੰਚ ਗਏ 12 ਵਜੇ ਲੈ ਕਹਿੰਦੇ ਇਹ ਰੇਟ ਵਧ ਗਿਆ ਹੁਣ ਤਾਂ ਕਹਿੰਦੇ ਹੈ ਕਹਿੰਦੇ ਕੇਂਦਰ ਵੱਲੋਂ ਤਾਂ ਰੇਟ ਘਟਣ ਦੀ ਉਮੀਦ ਸੀ ਜਦ ਕਿ ਕੇਂਦਰ ਵੀ ਪੂਰੀ ਤਰ੍ਹਾਂ ਲੋਕਾਂ ਦੀ ਜੇਬ ਘਟ ਰਹੀ ਹੈ ਪٹرول ਡੀਜ਼ਲ ਦੇ ਨਾਂ ਦੇ ਉੱਤੇ ਲੰਮੇ ਸਮੇਂ ਤੋਂ ਸਸਤਾ ਪٹرول ਡੀਜ਼ਲ ਖਰੀਦਿਆ ਹੋਇਆ ਜਾਂ ਖਰੀਦ ਰਹੇ ਨੇ ਜਾਂ ਉਹਦਾ ਪ੍ਰਤੀ ਬੈਰਲ ਰੇਟ ਡਿੱਗ ਰਿਹਾ ਹੈ ਅੰਤਰਰਾਸ਼ਟਰੀ ਬਾਜ਼ਾਰ 'ਚ ਉਹਦੇ باوجود ਰੇਟ ਪਿਛਲੇ ਸਵਾ ਸਾਲ ਇੱਕ ਸਾਲ ਤੋਂ ਐਂ ਟਿਕਾ ਉਸੇ ਰੇਟ ਤੇ ਤੇ ਚੌਕੀ ਕਮਾਈ ਪ੍ਰਾਈਵੇਟ ਕੰਪਨੀਆਂ ਸ ਜਿਹੜੀਆਂ ਤੇਲ ਵਾਲੀਆਂ ਨੇ ਉਹ ਕਰ ਰਹੀਆਂ ਨੇ ਜੀ ਤੇ ਲੋਕਾਂ ਦੀ ਜੇਬ ਉਧਰੋਂ ਵੀ ਕੱਟੀ ਜਾ ਰਹੀ ਜਿਹੜਾ ਬੱਚਾ ਥੋਣੀ ਸੀ ਹੁਣ ਚੌਣਾ ਦੇ ਨੇੜੇ ਜਾ ਕੇ ਉਹ ਵੀ ਘਟਾ ਲੈਣਗੇ ਪਰ ਇੱਧਰ ਪੰਜਾਬ ਸਰਕਾਰ ਦਾ ਇਹ ਤਰੀਕਾ ਕੀ ਆ ਵੀ ਤੁਸੀਂ ਜੇ ਕੈਬਨਟ ਦੇ ਫੈਸਲੇ ਦੱਸ ਰਹੇ ਹੋ ਜੀ ਤੁਸੀਂ ਜੇ ਗੁਣਗਾਨ ਵਾਲੇ ਦੱਸਣੇ ਨੇ ਆਪਣੀ ਪਿੱਠ ਥੱਪਤ ਪਾਉਣ ਵਾਲੇ ਦੱਸਣੇ ਨੇ ਲੋਕਾਂ ਨੂੰ ਕੋਈ ਫਾਇਦਾ ਦੇਣ ਵਾਲੇ ਦੱਸਣੇ ਨੇ ਤਾਂ ਜੋ ਨਵੀਂ ਕਾਰਵਾਈ ਪਾ ਰਹੇ ਹੋ ਵੀ ਦੱਸੋ ਨਾ ਬਿਲਕੁਲ ਉਹ ਕਾਗਜ਼ ਕਿਉਂ ਲਕੋਇਆ ਉਹ ਕਾਗਜ਼ ਕਿਉਂ ਨਹੀਂ ਸਾਹਮਣੇ ਲਿਆਂਦਾ ਉਹ ਫੈਸਲਾ ਕਿਉਂ ਨਹੀਂ ਸੁਣਾਇਆ ਲੋਕਾਂ ਨੂੰ ਅੱਧੀ ਰਾਤ ਨੂੰ 12 ਵਜੇ ਪੰਪ ਤੋਂ ਹੀ ਕਿਉਂ ਪਤਾ ਲੱਗਿਆ ਮੀਡੀਆ ਰਾਇਓ ਕਿਉਂ ਪਤਾ ਲੱਗਿਆ ਸਰਕਾਰ ਨੇ ਕਿਉਂ ਨਹੀਂ ਦੱਸਿਆ ਇਹਦਾ ਮਤਲਬ ਤੁਹਾਡੇ ਮਨ 'ਚ ਖੋਟ ਹੈ ਤੁਹਾਡੇ ਮਨ 'ਚ ਚੋਰ ਹੈ 4 ਮਹੀਨਿਆਂ 'ਚ ਦੂਜੀ ਵਾਰ ਜੀ ਪਹਿਲਾਂ ਵੀ ਰੁਪਈਆ ਕਾ ਪ੍ਰਤੀ ਲੀਟਰ ਮਹਿੰਗਾ ਹੋਇਆ ਸੀ ਹੁਣ ਵੀ ਲਗਭਗ ਰੁਪਈਆ ਕਾ ਲੰਗੀ ਫਰਵਰੀ ਮਹੀਨੇ ਦੇ ਵਿੱਚ 92 ਰੁਪਈਏ ਪ੍ਰਤੀ ਲੀਟਰ ਦੇ ਪਿੱਛੇ ਪੈਟਰੋਲ ਤੇ ਡੀਜ਼ਲ ਦੇ ਭਾਅ ਵਧੇ ਸੀ ਪੰਜਾਬ ਸਰਕਾਰ ਨੇ ਵੈਟ ਵਧਾਇਆ ਸੀ ਜੀ ਤੇ ਹੁਣ ਫੇਰ 90 ਕ ਪੈਸੇ 92 ਕ ਪੈਸੇ ਮੇਰੇ ਖਾਲ ਪੈਟਰੋਲ ਮਹਿੰਗਾ ਹੋਇਆ ਤੇ 90 ਕ ਪੈਸੇ 79 ਕ ਪੈਸੇ ਕੁਛ ਹੈਨਾ ਉਹ ਡੀਜ਼ਲ ਮਹਿੰਗਾ ਹੋਇਆ ਤੇ ਇਹਦਾ ਮਤਲਬ ਸਿੱਧਾ ਤੁਸੀਂ ਗਵਾਂਡੀ ਸੂਬੇ ਹਿਮਾਚਲ ਤੋਂ 5 ਰੁਪਏ ਦਾ ਫਰਕ ਪਾ ਲਿਆ ਜੀ ਲਗਭਗ ਡੀਜ਼ਲ ਦਾ ਫਰਕ 5 ਰੁਪਏ ਤੱਕ ਆ ਗਿਆ ਇਸ ਮੌਕੇ ਪੰਜਾਬ ਚ 98 ਰੁਪਏ 95 ਪੈਸੇ ਪੈਟਰੋਲ ਹੈ ਜੀ ਤੇ ਇਧਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ 96 ਰੁਪਏ 20 ਕ ਪੈਸੇ ਆ ਲਗਭਗ ਇੱਥੇ ਹੀ 3 ਰੁਪਏ ਦਾ ਫਰਕ ਖੜਾ ਹੈ ਜੀ ਇਸੇ ਤਰ੍ਹਾਂ ਹਿਮਾਚਲ ਦੇ ਵਿੱਚ 92 ਰੁਪਏ 29 ਕ ਪੈਸੇ ਆ ਹੈ 96 ਰੁਪਏ 29 ਕ ਪੈਸੇ ਇੱਥੇ ਵੀ ਲਗਭਗ 3 ਰੁਪਏ ਦਾ ਫਰਕ 2.5 ਰੁਪਏ ਦਾ ਫਰਕ ਖੜਾ ਹੈ ਉਸ ਤੋਂ ਬਾਅਦ ਹਰਿਆਣਾ ਚ 97 ਰੁਪਏ ਸਾਡੇ ਨਾਲ ਉੱਥੇ ਵੀ ਰੁਪਈਆ 1.5 ਰੁਪਈਆ ਸਸਤਾ ਹੀ ਆ ਹੈ ਜੰਮੂ ਚ ਵੀ 97 ਰੁਪਏ 50 ਪੈਸੇ ਆ ਪਰ ਅਸੀਂ ਹੁਣ 98 ਰੁਪਏ 95 ਪੈਸੇ ਲਗਭਗ 99 ਰੁਪਏ ਪ੍ਰਤੀ ਲੀਟਰ 100 ਰੁਪਏ ਨੂੰ ਪਹੁੰਚ ਗਿਆ ਜੀ ਬਿਲਕੁਲ ਇਹ ਪੰਜਾਬ ਨੇ 4 ਮਹੀਨੇ ਚ ਦੋ ਵਾਰ ਬੈਟ ਲਾ ਕੇ ਰੁਪਈਆ ਰੁਪ 79 ਰੁਪਏ 25 ਪੈਸੇ ਪੰਜਾਬ ਦੇ ਵਿੱਚ ਇਸ ਮੌਕੇ ਰੇਟ ਹੈ ਜੀ ਤੇ ਉਹ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ 84 ਰੁਪਏ 5 ਰੁਪਏ ਦਾ ਫਰਕ ਇੱਥੇ ਹੈਗਾ ਇਸੇ ਤਰ੍ਹਾਂ ਹਿਮਾਚਲ ਚ ਜੀ ਹੈ 85 ਰੁਪਏ 5 ਰੁਪਏ ਦਾ ਫਰਕ ਇੱਥੇ ਹੈਗਾ ਸੋ ਆਹ 5-5 ਰੁਪਏ ਦਾ ਫਰਕ ਦੇ ਹਿਸਾਬ ਨਾਲ ਤੁਸੀਂ ਇਹ ਦੇਖੋਗੇ ਇਹਦੇ ਨਾਲ ਹੋਣਾ ਕੀ ਆ ਜੀ ਜਿੰਨਾ ਆਹ ਜੀਰਕਪੁਰ ਮਹਾਲੀ ਖਰੜ ਆ ਨਿਊ ਚੰਡੀਗੜ੍ਹ ਹੈ ਨਾ ਆਹ ਸਾਰਾ ਲਾਂਡਰਾ ਚੁੰਨੀ ਇਹ ਏਰੀਆ ਜੀ ਇੱਥੇ ਫਿਰ ਸਪਲਾਈ ਕਿੱਥੋਂ ਜਾਣੀ ਆ ਚੰਡੀਗੜ੍ਹ ਜਾਣੀ ਆ। ਬਿਲਕੁਲ। ਵੈਸੇ ਵੀ ਪੰਜਾਬ ਤੋਂ ਜਿਹੜੇ ਲੋਕ ਆਉਂਦੇ ਨੇ ਚੰਡੀਗੜ੍ਹ ਦੋ ਚੀਜ਼ਾਂ ਲਈ ਤੇਲ ਫੁੱਲ ਕਰਾਉਂਦੇ ਨੇ। ਜੀ। ਇੱਕ ਤਾਂ ਉਹਨਾਂ ਦਾ ਮੰਨਣਾ ਜੀ ਕਿ ਇੱਥੇ ਤੇਲ ਸ਼ੁੱਧ ਮਿਲਦਾ। ਇਦਾਂ ਮਤਲਬ ਪੰਜਾਬ ਦੇ ਪੰਪ ਕਿਉਂ ਨਹੀਂ ਭਰੋਸਾ ਜਿੱਤਰੇ ਲੋਕਾਂ ਦਾ? ਜੀ। ਅਗਲੇ ਕਹਿੰਦੇ ਭਾਈ ਇੱਥੇ ਤੇਲ ਸਹੀ ਮਿਲਦਾ ਇੱਥੇ ਕੋਲ। ਦੂਜਾ ਅਗਲੇ ਕਹਿੰਦੇ ਰੇਟ ਸਸਤਾ ਟੈਂਕੀ ਫੁੱਲ ਕਰਾ ਲੈਣੀ ਆ। ਆਉਣ ਲੱਗੇ ਵੀ ਤੇਲ ਪਵਾ ਲੈਣਾ, ਜਾਣ ਲੱਗੇ ਫਿਰ ਜਿੰਨਾ ਹੈ ਤੇਲ ਫੁੱਲ ਕਰਾ ਕੇ। ਪਰ ਆਹ ਜਿਹੜਾ ਨੇੜਲਾ ਇਲਾਕਾ ਹੈ ਉਹ ਤਾਂ ਅਗਲੇ ਫਿਰ ਪੰਪਾਂ ਨਾਲ ਸੈਟਿੰਗ ਵੀ ਕਰਨਗੇ ਆਂ ਭਾਈ। ਸਾ ਢੋਲ ਵੀ ਭਰਦੇ ਜੀ ਠੀਕ ਹੈ ਨਾ ਤੇਲ ਇਥੋਂ ਲਿਆ ਕੇ ਫਿਰ ਵਿਕਦਾ ਵੀ ਹੈ ਇਸੇ ਤਰ੍ਹਾਂ ਹਿਮਾਚਲ ਦਾ ਬਾਰਡਰ ਦਾ ਏਰੀਆ ਜਿੰਨਾ ਉਹ ਪਠਾਨਕੋਟ ਤੋਂ ਲੈ ਕੇ ਗੜਸ਼ੰਕਰ ਦੇ ਨਾਲ ਹੁੰਦਾ ਹੋਇਆ ਹੁਸ਼ਿਆਰਪੁਰ ਵਾਲੀ ਬੈਲਟ ਤੋਂ ਹੁੰਦਾ ਹੋਇਆ ਨੰਗਲ ਅਨੰਦਪੁਰ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਤੱਕ ਹਿਮਾਚਲ ਦਾ ਬਾਰਡਰ ਦਾ ਏਰੀਆ ਉੱਥੇ ਵੀ ਜੇ ਅਗਲੇ ਨੂੰ 5 ਰੁਪਏ ਸਸਤਾ ਕਿੱਧਰ ਨੂੰ ਜਾਣਗੇ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਅਸੀਂ ਰਾਹਤ ਦੇਣੀ ਹੈ ਤੁਸੀਂ ਕਹਿੰਦੇ ਹੋ ਬਿਜਲੀ ਅਸੀਂ ਇਸ ਲਈ ਖਰੀਦੀ ਲਈ 2 ਰੁਪਏ ਰਾਹਤ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਉਹ ਪਰ ਇੱਧਰ ਤੁਸੀਂ ਲੋਕਾਂ ਦੀ ਜੇਬ ਬਡ ਰਹੇ ਹੋ ਔਰ 4 ਮਹੀਨਿਆਂ ਚ ਦੋ ਜੀ ਪੰਜਾਬ ਸਰਕਾਰ ਦੇ 2020-2021 ਦੇ ਦਰਮਿਆਨ ਜਿਹੜੀ ਬੈਟ ਦੀ ਕਲੈਕਸ਼ਨ ਸੀ 2021-22 ਦੇ ਵਿੱਚ ਜਿਹੜਾ 2021-22 ਦਾ ਅਕਾਊਂਟਿੰਗ ਈਅਰ ਉਹਦੇ ਵਿੱਚ ਲਗਭਗ 68000 ਮਤਲਬ ਕਿ ਕਰੋੜ ਦੇ ਲਗਭਗ ਸਾਡੀ 6000 ਕਰੋੜ ਦੇ ਲਗਭਗ 6800 ਕਰੋੜ ਦੇ ਲਗਭਗ ਸਾਡੀ ਬੈਟ ਦੀ ਕਲੈਕਸ਼ਨ ਸੀ ਜੀ ਤੇ ਅਗਲੇ ਸਾਲ ਸਰਕਾਰ ਨੇ ਟਾਰਗੇਟੇ ਤੋਂ ਵੱਧ ਰੱਖਿਆ ਪਰ ਬੈਟ ਆਇਆ 2022-23 ਚ ਘਟ ਕੇ ਸਿਰਫ 6400 6400 ਕਰੋੜ ਦੇ ਲਗਭਗ ਤੇ ਹੁਣ ਸਰਕਾਰ ਨੇ ਟਾਰਗੇਟ ਰੱਖ ਲਿਆ ਇਹਦੇ ਨਾਲ ਉਹ ਸਿੱਧਾ ਹੀ ਇਹ ਮਤਲਬ ਕਿ 19% ਦੀ ਜ਼ਿਆਦਾ ਕਿ ਲਓ ਜੀ ਅਸੀਂ ਇਸ ਸਾਲ 7600 ਕਰੋੜ ਰੁਪਏ ਤੱਕ ਪਹੁੰਚ ਜਾਣਾ ਮਤਲਬ ਪਿਛਲੇ ਸਾਲ ਤੁਸੀਂ 6400 ਲਿਆ ਰਹੇ ਹੋ ਇਸ ਸਾਲ ਤੁਸੀਂ 7400 ਤੋਂ ਵੀ ਮਤਲਬ 1000 ਕਰੋੜ ਤੋਂ ਉੱਪਰ ਵਧਾ ਲਿਆ ਕਿ ਨਹੀਂ ਜੀ ਅਸੀਂ ਨਾ 7600 ਕਰੋੜ ਤੱਕ ਜਾਵਾਂਗੇ ਫਿਰ ਜਾਣਾ ਕਿਵੇਂ ਕਹਿੰਦੇ ਲੋਕਾਂ ਦੀ ਜੇਬ ਡੋ ਲੋਕਾਂ ਦੇ ਟੀਕਾ ਲਓ ਇਸੇ ਲਈ ਫਰਵਰੀ ਦੇ ਵਿੱਚ ਵੀ ਪਹਿਲਾਂ 92 ਰੁਪਏ ਪ੍ਰਤੀ ਲੀਟਰ ਬਤਾਤਾ ਤੇ ਹੁਣ ਵੀ ਮਤਲਬ ਕਿ 92 ਰੁਪਏ ਤੇ 90 ਪੈਸੇ ਪੈਟਰੋਲ ਤੇ ਡੀਜ਼ਲ ਕਰਮ-ਬਰ ਬਤਾਤੇ ਸੋ ਇਸ ਲਈ 4 ਮਹੀਨੇ ਚ ਦੂਜੀ ਵਾਰ ਵਧਾ ਕੇ ਕਿਹੜੀ ਰਾਤ ਹੈ ਇਹਦਾ ਅਸਰ ਕਿੱਥੇ ਪੈਣਾ ਜਤਿੰਦਰ ਜੀ ਜੀ ਸਵਾਲ ਕੱਲਾ ਪੈਟਰੋਲ ਤੇ ਡੀਜ਼ਲ ਦੇ ਰੇਟ ਮਹਿੰਗਾ ਹੋਣ ਦਾ ਨਹੀਂ ਹੁੰਦਾ ਉਹਦੇ ਨਾਲ ਕਿੰਨਾ ਕੁ ਜੁੜਿਆ ਬਿਲਕੁਲ ਤੁਸੀਂ ਉਹ ਦੇਖੋ ਕਿਹਦੇ ਨਾਲ ਕੀ ਹੋਣਾ ਬੱਸਾਂ ਦਾ ਭਾੜਾ ਵਧਣਾ ਜੀ ਹੈਨਾ ਟਰੱਕਾਂ ਦਾ ਭਾੜਾ ਵਧਣਾ ਹੈਨਾ ਢੋਆ ਠਵਾਈ ਦੇ ਰੇਟ ਮਹਿੰਗੇ ਹੋਣੇ ਢੋਆ ਠਵਾਈ ਦੇ ਰੇਟ ਮਹਿੰਗੇ ਹੋਣ ਦਾ ਮਤਲਬ ਉਹਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਦੇ ਭਾਅ ਵਧਣੇ ਜੀ ਹੈਨਾ ਸਬਜ਼ੀਆਂ ਭਾਜੀਆਂ ਉਤਾਰ ਹਥ ਜੋ ਵੀ ਆਉਣਾ ਫੈਕਟਰੀਆਂ ਦੀਆਂ ਚੀਜ਼ਾਂ ਮਾਲ ਜੋ ਬਣਨਾ ਉਹਦੀ ਲੋਡਿੰਗ ਵਧ ਗਈ ਅਗਲੇ ਨੇ ਖਰਚਾ ਕਿਧੋਂ ਕੱਢਣਾ ਜੀ ਸੋ ਲੋਕਾਂ ਦਾ ਦੋਰੀ ਮਾਰ ਬਿਲਕੁਲ ਪੈਟਰੋਲ ਡੀਜ਼ਲ ਵੀ ਮਹਿੰਗਾ ਖਰੀਦਣਾ ਤੇ ਬਸ ਕਰਾਇਆ ਵੀ ਜ਼ਿਆਦਾ ਦੇਣਾ ਭਾੜਾ ਭਾੜੇ ਦੇ ਚੱਕਰ ਚ ਉਹਨਾਂ ਚੀਜ਼ਾਂ ਵੀ ਮਹਿੰਗੇ ਖਰੀਦਣੀਆਂ ਲੋਕਾਂ ਤੇ ਮਾਰ ਪੈਣੀ ਜੀ ਸੋ ਇਧਰ ਦੂਸਰੇ ਪਾਸੇ ਐਮਐਸਪੀ ਸਰਕਾਰਾਂ ਤੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪਾਣੀ ਮੁਫਤ ਦਿੰਨੇ ਆ ਜੀ ਅਸੀਂ ਬਿਜਲੀ ਮੁਫਤ ਦਿੰਨੇ ਆ ਜੀ ਕਿਸਾਨਾਂ ਨੂੰ ਉਹ ਵਿਚਾਰੇ ਕਈਆਂ ਕੋਲ ਤਾਂ ਮੋਟਰ ਬੋਰ ਕਰਨ ਲਈ ਵੀ ਪੈਸੇ ਨਹੀਂ ਉਹ ਤਾਂ ਇੰਜਨ ਤੇ ਸਾਰੇ ਚੱਲਦੇ ਨੇ ਅਜੇ ਵੀ ਮੋਟਰ ਨਹੀਂ ਰੱਖ ਸਕਦੇ ਸੋ ਜਿਨ੍ਹਾਂ ਨਾਲ ਇੰਜਨਾਂ ਨੂੰ ਤਾਂ ਤੇਲ ਖਰੀਦ ਕੇ ਜੀ ਸੋ ਫਿਰ ਟਰੈਕਟਰ ਦੇ ਉੱਪਰ ਵੀ ਤੇਲ ਲੱਗਣਾ ਬਿਲਕੁਲ ਹੈ ਸੋ ਇਸ ਲਈ ਛੋਟੇ ਰੇੜੀ ਫੜੀ ਜਿਹਨਾਂ ਅੱਜ ਕੱਲ ਇਹਨਾਂ ਦੇ ਚਲਾਉਂਦੇ ਨੇ ਉਹਨਾਂ ਦਾ ਜੀ ਸੋ ਜਿਹੜੇ ਟੂ ਵੀਲਰ ਦੇ ਸਾਰੇ ਨੇ ਉਹਨਾਂ ਦਾ ਹਮ ਸੋ ਸੋਚਿਆ ਕੀ ਦਾ ਤੁਸੀਂ ਬਿਲਕੁਲ ਸੋ ਇਸ ਲਈ ਇਹ ਲੰਮੇ ਸਮੇਂ ਤੋਂ ਬਰਤਾਰਾ ਜਾ ਰਹੀ ਆ ਪੰਜਾਬ ਸਰਕਾਰ ਚਾਹੀ ਜਿਦੀ ਮਰਜ਼ੀ ਆ ਜਾਵੇ ਉਹਨਾਂ ਨੂੰ ਲੱਗਦਾ ਕਿ ਸਾਡਾ ਖਜ਼ਾਨਾ ਭਰੇ ਤੇ ਕੇਂਦਰ ਸਰਕਾਰ ਏਸ ਬਿਸ਼ਰਮੀ ਤੇ ਹੈ ਕਿ ਜਿਹੜਾ ਹੁਣ ਤੱਕ 10 ਰੁਪਏ ਤੋਂ 12 ਰੁਪਏ ਪ੍ਰਤੀ ਲੀਟਰ ਪੈਟਰੋਲ ਡੀਜ਼ਲ ਸਸਤਾ ਹੋਣਾ ਚਾਹੀਦਾ ਸੀ ਤੁਸੀਂ ਰੂਸ ਜੇਕਰ ਇਹਦੀ ਜੰਗ ਦੇ ਵਿੱਚ ਖਰੀਦ-ਖਰੀਦ ਕੇ ਸਟੋਰ ਕਰ ਰਹੇ ਹੋ ਕਿ B.Y. 24 ਦੀਆਂ ਚੋਣਾ ਸਮੇ ਲੋਕਾਂ ਨੂੰ ਸਸਤਾ ਦੇ ਕੇ ਅਸੀਂ ਵੋਟਾਂ ਵਧਾਂਗੇ ਜੀ ਹਕੀਕਤ ਇਹ ਹੈ ਕਿ ਉਹ ਅੰਦਰ ਸਟੋਰ ਕਰ ਲਿਆ ਤਾਕੇ ਅਜੇ ਨਾ ਦੀ ਇਹ ਰਾਤ ਅਜੇ ਚੱਲਣ ਤੋਂ ਬੋਟਾ ਨੇੜੇ ਹੁਣ ਉਹ ਦੇ ਦੇਣਗੇ ਰਾਤ ਹੋ ਸਕਦਾ ਜੀ ਉਥੇ ਤਾਂ ਉਹ ਕਹਿੰਦੇ ਦੇਖੋ ਜੀ ਪੰਜਾਬ ਵਾਲਿਆਂ ਦਾ ਮਹਿੰਗਾ ਕੀਤਾ ਸੀ ਸਸਾ ਕੀਤਾ ਚਾਹੇ 25 ਪੈਸੇ ਘਟਾ ਦੇ ਜੀ ਤੇ ਇਸ ਲਈ ਆਉਂਦੇ ਦਿਨਾਂ 'ਚ ਪੈਟਰੋਲ ਡੀਜ਼ਲ ਕੇਂਦਰ ਸਸਤਾ ਕਰ ਸਕਦਾ ਤੇ ਜੂਨੀਅਰ ਚੌਣਾ ਨੇੜੇ ਆਉਣਗੇ ਤੇ ਉਹਦੀ ਪੈਟਰੋਲ ਡੀਜ਼ਲ ਸਸਤਾ ਹੋਊਗਾ ਵੋਟਾਂ ਤੋਂ ਬਾਅਦ ਫਿਰ ਬੋਦੀ ਵੜ ਲੈਣਗੇ ਬਿਲਕੁਲ ਬਿਲਕੁਲ ਦੀਪੂ ਜੀ 2024 ਦੀਆਂ ਚੋਣਾਂ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਉਹਨਾਂ ਨੂੰ ਲੈ ਕੇ ਸਮੂੱਚੇ ਜਿਹੜੀਆਂ ਪਾਰਟੀਆਂ ਨੇ ਉਹ ਪੱਬਾਂ ਭਾਰਨੇ ਤੇ ਉਧਰ ਦੂਜੇ ਪਾਸੇ ਕੇਂਦਰ ਦੇ ਆਰਡੀਨੈਂਸ ਦੇ ਖਿਲਾਫ ਲਗਾਤਾਰ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਚਾਹੇ ਉਹ ਬੰਗਾਲ ਦੇ ਮੁੱਖ ਮੰਤਰੀ ਹੋਵੇ ਹੁਣ ਚਾਹੇ ਮਹਾਰਾਸ਼ਟਰ ਦੇ ਹੋਣ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਕੱਲ ਰੈਲੀ ਕੀਤੀ ਗਈ ਹੈ ਮਹਾ ਰੈਲੀ ਕੀਤੀ ਗਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਫੀ ਨਿਸ਼ਾਨੇ ਵੀ ਦੋਵੇਂ ਮੁੱਖ ਮੰਤਰੀਆਂ ਦੇ ਵੱਲੋਂ ਸਾਦੇ ਗਏ ਨੇ ਕਿਵੇਂ ਵਿਖਤ ਬਿਲਕੁਲ ਜੀ ਇੱਕ ਪਾਸੇ ਮਨੀਸ਼ ਸ਼ਿਸ਼ੋਧਿਆ ਅੰਦਰ ਦੂਸਰੇ ਪਾਸੇ ਕੇਜਰੀਵਾਲ ਦੇ ਉੱਤੇ ਵੀ ਰਾਜਨੀਤਿਕ ਤਲਵਾਰ ਲਟਕ ਰਹੀ ਹੈ ਜੀ ਤੀਸਰੇ ਪਾਸੇ ਰਾਗਵ ਚੱਡਾ ਹੋਰਾ ਤੋਂ ਕੋਠੀ ਖਾਲੀ ਕਰਾਉਣ ਦੀ ਕਵਾਇਦ ਆ ਗਈ ਜੀ ਸੋ ਜਦੋਂ ਜਾਰੀ ਹੁੰਦੀ ਆ ਤਾਂ ਸਹੂਲਤਾਂ ਵੀ ਮਿਲ ਜਾਂਦੀਆਂ ਇਹਨਾਂ ਜਦੋਂ ਇਹ ਥੋੜਾ ਜਿਹਾ ਖਿਚੋਤਾਂ ਬੱਦੀ ਆ ਤਾਂ ਦੇ ਕੁਝ ਵੀ ਹੁੰਦਾ ਕੱਲ ਨੂੰ ਫੇਰ ਚੋਣਾ ਆਉਣੀਆਂ ਸੂਬਿਆਂ 'ਚ ਉੱਥੇ ਫੇਰ ਜੇਕਰ ਸਹਾਇ ਬਣ ਕੇ ਨਿਭੜੇ ਫਿਰ ਸ਼ਾਇਦ ਕੁਝ ਬਚ ਬਚਾ ਹੋ ਜਵੇ ਜਾਂ ਸੱਚ ਮੁੱਚ ਕੇਜਰੀਵਾਲ ਨੂੰ ਇਹ ਲੱਗਦਾ ਕਿ ਹਾਂ 24 ਚ ਮੈਂ ਸਾਹਮਣੇ ਖੜੂੰਗਾ ਇਸ ਦੇ ਲਈ ਫਿਰ ਆਰ ਪਾਰ ਦੀ ਲੜਾਈ ਲੜਨ ਲਈ ਖਲੀ ਖਿੱਚਣੀ ਪੈਣੀ ਹੈ ਸੋ ਇਹ ਰਾਜਨੀਤਿਕ ਲੀਕਾਂ ਨੇ ਕਦੋਂ ਖਿੱਚੀਆਂ ਜਾਣ ਕਦੋਂ ਜੱਪੀਆਂ ਪਹਿਨਣ ਤੇ ਪਤਾ ਹੀ ਨਹੀਂ ਲੱਗਦਾ ਮਜੀਠੀਆ ਦੇ ਸਿੱਧੂ ਦੀ ਜੱਫੀ ਸਭ ਨੂੰ ਪਤਾ ਸੋ ਇਸ ਲਈ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਆ ਹਾਂ ਕੱਲ ਖੁੱਲ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੇ ਤੇ ਇਹਨਾਂ ਦੀ ਪਾਰਟੀ ਦੇ ਲੀਡਰਾਂ ਨੇ ਕਿ ਹੁਣ ਅਸੀਂ ਬੀਜੇਪੀ ਦੇ ਖਿਲਾਫ ਲੜਾਈ ਲਈ ਤਿਆਰ ਆ ਅਸੀਂ 2024 ਚ ਅਸੀਂ ਬਦਲ ਸਾਡੇ ਕੰਨੀ ਝਾਤ ਮਾਰੋ ਤੇ ਇਹ ਸਾਰੇ ਦੇ ਵਿੱਚ ਕਾਂਗਰਸ ਨੂੰ ਫੇਰ ਫਿਕਰ ਖੜ ਗਈ ਜੀ ਕਿ ਲੈ ਭਾਈ ਰਾਹੁਲ ਦਾ ਨੰਬਰ ਤਾਂ ਫੇਰ ਕੱਟਿਆ ਗਿਆ ਕਿਉਂਕਿ ਇਹ ਦੋਈ ਤਰ੍ਹਾਂ ਲੜਨ ਗਿਆ ਬਰਾਬਰ ਦੀਆਂ ਤੇ ਦੋਈ ਤਰ੍ਹਾਂ ੜਡ ੜਡ ਲੜਨ ਗਿਆ ੜਡ ੜਡ ਦੇ ਵਿੱਚ ਭਾਜਪਾ ਦੀ ਐਂਟੀ ਵੋਟ ਵੰਡੀ ਜਾਣੀ ਆ ਤੇ ਭਾਜਪਾ ਲਈ ਫੇਰ ਰਾਹ ਰਾਖਤ ਸਦਰਾ ਹੈ ਰਾਹ ਫੇਰ ਪਦਰਾ ਹੈ ਸੋ ਇਸ ਲਈ ਉਹ ਇਸ ਰਾਜਨੀਤੀ ਨੂੰ ਦੇਖਦੇ ਪਰ ਕੱਲ ਭਗਵੰਤ ਮਾਨ ਹੋਰਾਂ ਨੇ ਵੀ ਜੀ ਤੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਸਪਸ਼ਟ ਤੌਰ ਤੇ ਅਰਵਿੰਦ ਕੇਜਰੀਵਾਨ ਨੇ ਇੱਕ ਰਾਜੇ ਦਾ ਨਾਮ ਲੈ ਕੇ ਕਹਾਣੀ ਸੁਣਾਈ ਨਾਮ ਵੀ ਨਹੀਂ ਲੈ ਨਰਿੰਦਰ ਮੋਦੀ ਉਹਨਾਂ ਦਾ ਜੀ ਇੱਕ ਰਾਜਾ ਸੀ ਉਸਨੇ ਅੱਧੀ ਰਾਤ ਨੂੰ ਨੋਟਬੰਦੀ ਕਰਤੀ ਸੀ ਉਸਨੇ ਅੱਧੀ ਰਾਤ ਨੂੰ ਜੀਐਸਟੀ ਲਾਤਾ ਸੀ ਉਹਨੇ ਕਿਸਾਨਾਂ ਤੇ ਅੰਦੋਲਨ ਕਰਾਇਆ ਸੀ ਆ ਉਹ ਸਾਰਾ ਰਾਜਾ ਬਣਾ ਕੇ ਕਹਾਣੀ ਸੁਣਾਈ ਜੀ ਤੇ ਅੰਤ ਚੋਂ ਰਾਜਾ ਹਾਰ ਗਿਆ ਬਾਹਰ ਹੋ ਗਿਆ ਫਿਰ ਸੰਤਾ મતલ ਜਨਤਾ ਨੂੰ ਖੁਸ਼ੀ ਮਿਲ ਗਈ ਸੋ ਉੱਥੇ ਲੈ ਕੇ ਕਹਾਣੀ ਖਤਮ ਕੀਤੀ 24 ਚ ਉਹਨੂੰ ਆਪਾਂ ਹਰਾਉਣਾ ਜੀ ਤੇ ਭਗਵੰਤ ਮਾਨ ਉਹਨਾਂ ਨੇ ਨਾਮ ਲੈ ਕੇ ਕਹਿੰਦੇ ਕਿ ਜੀ ਇਹ ਹੁਣ ਪੁਤੀਨ ਬਣੂਗਾ ਇਹ ਇਹ ਸੰਵਿਧਾਨ ਨੂੰ ਮਤਲਬ ਬਦਲ ਦਊਗਾ ਹੈਨਾ ਜੇਕਰ ਅਗਲੀ ਵਾਰ ਜਿੱਤ ਗਿਆ ਤੇ ਅਗਲਾ ਕਹਿੰਦਾ ਮੈਂ ਹੁਣ ਜਿੱਤੇ ਮੈਂ ਹੁਣ ਵੀ ਬਦਲ ਦਊਗਾ ਤੇ ਹੁਣ ਵੀ ਕਿੰਨਾ ਕ ਸੰਵਿਧਾਨ ਅਨੁਸਾਰ ਕੰਮ ਹੁੰਦਾ ਸਾਰਿਆਂ ਨੂੰ ਪਤਾ ਸੋ ਸੰਵਿਧਾਨ ਦੀਆਂ ਤਾਂ ਤੱਜੀਆਂ ਸਾਰੀਆਂ ਨੇੜਾ ਚਾਹ ਇੰਦਰਾ ਸੀ ਚਾਹ ਮੋਦੀ ਹੈ ਸੋ ਇਸ ਲਈ ਇਹ ਇੱਕ ਸਿੱਧੀ ਰਾਜਨੀਤਿਕ ਲੜਾਈ ਹੈ ਹੋਰ ਇਹ ਜਨਮੀ ਜਿਹੜੇ ਦੇ ਵਿੱਚੋਂ ਉਹਦੇ ਵਿੱਚੋਂ ਕੋਈ ਦੋ ਰਾਏ ਨਹੀਂ ਤੁਸੀਂ ਜਿਹੜੀ ਗੱਲ ਕੱਲ ਭਗਵੰਤ ਜੀ ਨੇ ਕਹੀ ਸੀ ਉਹ ਬਿਲਕੁਲ درست ਹੈ ਕਿ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ ਸੂਬੇ 'ਚ ਹਮ ਉੱਥੇ ਉੱਥੇ ਉਹ ਐਂ ਕਹਿੰਨੇ ਕਿ ਮੁੱਖ ਮੰਤਰੀ ਦੇ ਬਰਾਬਰ ਤੁਸੀਂ ਭਾਈ ਆਪਣਾ ਮੁੱਖ ਮੰਤਰੀ ਲਾ ਲੋ ਤੇ ਤੁਹਾਡਾ ਮੁੱਖ ਮੰਤਰੀ ਰਾਜਪਾਲ ਜੀ ਜਿੱਥੇ ਭਾਜਪਾ ਦੀ ਸਰਕਾਰ ਆ ਉੱਥੇ ਰਾਜਪਾਲ ਨੂੰ ਕੁਝ ਨਹੀਂ ਯਾਦ ਆਉਂਦਾ ਉਹ ਆਪਣਾ ਸੌਂਦਾ ਸਵੇਰ ਨੂੰ ਫੋਟੋ ਖਿਚਾਉਂਦਾ ਹੈ ਮੋਮਰੈਂਡਮ ਲੈਂਦਾ ਦਿੰਦਾ ਤੇ ਆਪਣਾ ਮौज ਹੈ ਤੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਉੱਥੇ ਮੈਂ ਕਹਿੰਦਾ ਟਿੱਕੇ ਨਹੀਂ ਵੰਦੇ ਰਾਜਪਾਲ ਉੱਥੇ ਪੂਰੇ ਐਕਟਿਵ ਨੇ ਤੇ ਪਰ ਬਾਕੀ ਸੂਬਿਆਂ 'ਚ ਤਾਂ ਦੋ-ਦੋ ਮੁੱਖ ਮੰਤਰੀ ਹੋਣਗੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ ਇੱਕ ਮੁੱਖ ਮੰਤਰੀ ਇੱਕ ਰਾਜਪਾਲ ਇੱਕ ਕੇਂਦਰ ਦਾ ਇੱਕ ਉਸ ਪਾਰਟੀ ਦਾ ਜਿਹਨੂੰ ਲੋਕਾਂ ਨੇ ਜਿਤਾਇਆ ਪਰ ਪੰਜਾਬ ਚ ਤਾਂ ਕਹਿੰਦੇ ਤਿੰਨ ਚਾਰ ਮੁੱਖ ਮੰਤਰੀ ਇਹਨੂੰ ਕਰੋਗੇ ਕੀ ਇੱਕ ਲੋਕਾਂ ਨੇ ਜਿਤਾਇਆ ਭਗਵੰਤ ਮਾਨ ਇੱਕ ਅਗਲੇ ਨੇ ਦਿੱਲੀ ਤੋਂ ਕਹਿੰਦੇ ਰਾਗਵ ਚੱਡਾ ਭੇਜਤਾ ਉਹਨਾਂ ਦੋਆਂ ਦੇ ਉੱਪਰ ਕੇਜਰੀਵਾਲਾ ਹਾਂ ਉਹ ਤੋਂ ਬਾਅਦ ਕਹਿੰਦੇ ਪੰਜਾਬ ਦਾ ਰਾਜਪਾਲ ਜਿਹੜਾ ਭਾਜਪਾ ਨੇ ਭੇਜਤਾ ਤੇ ਪੰਜਾਬ ਤਾਂ ਸਮਝ ਨਹੀਂ ਆ ਰਹੀ ਕੀ ਕਰੀ ਬਿਲਕੁਲ ਆ ਪਿਛਲੇ ਦਿਨਾਂ ਦੇ ਵਿੱਚੋਂ ਮੈਨੂੰ ਪਤਾ ਲੱਗਿਆ ਕਿ ਹੁਣ ਆਉਂਦੇ ਦਿਨਾਂ ਚ ਨਾ ਯੋਗ ਯੋਗ ਦਿਪਸ ਜਾਂ ਮਨਉਨਸਰਾਲ ਦੀ ਯੋਗ ਦਿਪਸ ਉਸ ਦਿਨ ਜਤਿੰਦਰ ਜੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਚ ਕਰਾਉਣ ਦੇ ਲਈ ਇੱਕ ਮਹੀਮ ਛੜੀ ਤੇ ਉਹ ਮੱਧ ਪ੍ਰਦੇਸ਼ ਸ਼ਾਇਦ ਉਦੋਂ ਹੋਣਗੇ ਜੀ ਉਹ ਤੋਂ ਇੱਕ ਦਿਨ ਪਹਿਲਾਂ ਕੇਜਰੀਵਾਲ ਉਹਨਾਂ ਨੇ ਪੰਜਾਬ ਦੇ ਜਲੰਧਰ ਦੇ ਪੀਏਪ ਮੈਦਾਨ ਦੇ ਵਿੱਚ ਬਕਾਇਦਾ ਜੋ ਕੈਂਪ ਰੱਖਿਆ 15000 ਦੇ ਕਰੀਬ ਲੋਕ ਇਕੱਠੇ ਕਰਕੇ ਉਹਨੂੰ ਯੋਗਾ ਕਰਾਉਣਾ ਕਰਾਉਣਾ ਕਿਹਨੇ ਆਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਜੋ ਕੈਂਪ ਹੋਊਗਾ ਜੀ ਤੇ ਉਹਦੇ ਵਿੱਚ ਭਗਵੰਤ ਮਾਨ ਵੀ ਸ਼ਾਮਲ ਹੋਣਗੇ ਪੈਸਾ ਪੰਜਾਬ ਦਾ ਮੈਦਾਨ ਪੰਜਾਬ ਦਾ ਜਨਤਾ ਪੰਜਾਬ ਦੀ ਖਜ਼ਾਨਾ ਪੰਜਾਬ ਦਾ ਲੱਗਣਾ ਸਰਕਾਰ ਨੇ ਸਾਰਾ ਕੁਝ ਅਮਲਾ ਫਾਲਾ ਅਫਸਰ ਆਪਣੇ ਝੌਂਕਣੇ ਜੀ ਤੇ ਸਾਡੇ ਮੁੱਖ ਮੰਤਰੀ ਸ਼ਾਮਲ ਹੋਣਗੇ ਦਿੱਲੀ ਵਾਲਾ ਆ ਕੇ ਕਰਾਊਗਾ ਮਤਲਬ ਜਾਂ ਤਾਂ ਤੁਸੀਂ ਇਹ ਲਿਖਦੇ ਨਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਾਉਣਗੇ ਜੀ ਬਿਲਕੁਲ ਤੇ ਦਿੱਲੀ ਵਾਲੇ ਵੀ ਸੱਦਾ ਦਿੱਤਾ ਉਹਨੂੰ ਵੀ ਬੁਲਾਇਆ ਹੈ ਬਿਲਕੁਲ ਬਿਲਕੁਲ ਤੋ ਇਹਦਾ ਮਤਲਬ ਕੌਣ ਮੂਰੇ ਕਰਕੇ ਚੱਲ ਰਿਹਾ ਤੇ ਪੰਜਾਬ ਦਾ ਵਿਚਾਰਾ ਸਮਝੇ ਨਹੀਂ ਪਾ ਰਿਹਾ ਕਿ ਮੇਰਾ ਮੁੱਖ ਮੰਤਰੀ ਕੌਣ ਜੀ ਸੋ ਇਸ ਲਈ ਇਸ ਕੱਲ ਦੀ ਸਾਰੀ ਰੈਲੀ ਜੀ ਆਰਡੀਨੈਂਸ ਵਾਲੇ ਮੁੱਦੇ ਤੇ ਘੱਟ ਜੀ 2024 ਦੀਆਂ ਚੋਣਾਂ ਨੂੰ ਲੈ ਕੇ ਜਿਆਦਾ ਸੀ ਕਿ ਚੋਣਾਂ ਤੇ ਸਾਡਾ ਕੰਟਰੋਲ ਆ ਜਵੇ ਚੋਣਾਂ 'ਚ ਅਸੀਂ ਇੱਕ ਧਿਰ ਬਣ ਜਾਈਏ ਮਸਲਾ ਸਿਰਫ ਚਿਹਰਾ ਬਣਦਾ ਏ ਮੈਂ ਮਸਲਾ ਲੋਕਾਂ ਦਾ ਨਹੀਂ ਹੈ ਜਨਤਾ ਦਾ ਨਹੀਂ ਹੈ ਲੇਕਰ ਜਨਤਾ ਦੇ ਫਿਕਰ ਹੁੰਦੇ ਤਾਂ ਬਹੁਤ ਕੁਝ ਹੱਲ ਹੋ ਗਿਆ ਹੁੰਦਾ ਬਿਲਕੁਲ ਬਿਲਕੁਲ ਸਦੀਪ ਜੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਸਟੂਡੈਂਟਸ ਦੇ ਵੱਲੋਂ ਧਰਨਾ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਡਿਪੋਰਟੇਸ਼ਨ ਦਾ ਉਹਨਾਂ ਨੂੰ ਡਰ ਸਤਾ ਰਿਹਾ ਸੀ ਪਰ ਹੁਣ ਵੱਡੀ ਰਾਹਤ ਉਹਨਾਂ ਨੂੰ ਦਿੱਤੀ ਗਈ ਹੈ ਕਹਿੰਦੇ ਕਿ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਜਾਵੇਗਾ ਤਾਂ ਕਾਫੀ ਸਵਾਲ ਵੀ ਸੀ ਉੱਥੇ ਵਿਦਿਆਰਥੀਆਂ ਦੇ ਮਨ ਦੇ ਵਿੱਚ ਹੁਣ ਜਿਹੜੇ ਸਾਰੇ ਕਲੀਅਰ ਹੋ ਗਏ ਨੇ ਬਿਲਕੁਲ ਜਿੰਨ ਜੀ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਇੱਕ ਤਾਂ ਪੰਜਾਬ ਸਰਕਾਰ ਵੱਲੋਂ ਵੀ ਹਮਲਾ ਮਾਰਿਆ ਗਿਆ ਜੀ ਪੰਜਾਬ ਦੇ ਮੰਤਰੀਏ ਵੀ ਬਕਾਇਦਾ ਬੱਚਿਆਂ ਦੇ ਸੰਪਰਕ ਵਿੱਚ ਸੀ ਮਾਪਿਆਂ ਦੇ ਸੰਪਰਕ ਵਿੱਚ ਸੀ ਔਰ ਕੇਂਦਰ ਸਰਕਾਰ ਦੇ ਹਵਾਲੇ ਨਾਲ ਉਹਨਾਂ ਨੇ ਕੈਨੇਡਾ ਸਰਕਾਰ ਨੂੰ ਵੀ ਇਹ ਤਸੱਲੀ ਪ੍ਰਗਟਾਈ ਕਿ ਅਸੀਂ ਉਹਨਾਂ ਏਜੰਟਾਂ ਤੇ ਕਾਰਵਾਈ ਕਰਾਂਗੇ ਜੀ ਕੇਂਦਰ ਦੀ ਵੀ ਭੁੰਕਰੀ ਦੇ ਵਿੱਚੋਂ ਸਾਰੂ ਰਹੀ ਕੇਂਦਰ ਵੀ ਲਗਾਤਾਰ ਉੱਥੇ ਤਾਲਮੇਲ ਕਰ ਰਿਹਾ ਸੀ ਜੀ ਔਰ ਖਾਸ ਕਰਕੇ ਕੈਨੇਡਾ ਦੇ ਉੱਥੋਂ ਦੇ ਸਾਡੇ ਭਾਈਚਾਰੇ ਦੀ ਇਹ ਭੁੰਕਰੀ ਜਿਹੜੇ ਵਿਦਿਆਰਥੀਆਂ ਨਾਲ ਹਿੱਕ ਤਾਨ ਕੇ ਖੜੇ ਹੈ ਸੰਗਠਨ ਉੱਥੇ ਦੇ ਆ ਗਏ ਸਾਡੇ ਕਲਾਕਾਰ ਉੱਥੇ ਦੇ ਆ ਗਏ ਇਹਨਾਂ ਪੰਜਾਬੀ ਭਾਈਚਾਰਾ ਉੱਥੇ ਸਥਾਨਕ ਲੋਕਾਂ ਦਾ ਸਾਥ ਮਿਲਿਆ ਤੇ ਉਹ ਤੋਂ ਬਾਅਦ ਉੱਥੇ ਦੀਆਂ ਰਵੈਤੀ ਪਾਰਟੀਆਂ ਚਾਹੇ ਉਹ ਸੱਤਾਧਾਰੀ ਪਾਰਟੀ ਸੀ ਜੀ ਚਾਹੇ ਵਿਰੋਧੀ ਪਾਰਟੀ ਸੀ ਮੈਂ ਕਹਿੰਦਾ ਉਹ 40 ਸੀਟਾਂ ਦਾ ਲਾਲਚ ਜਿਹਦੀ ਆਪਾਂ ਗੱਲ ਕਰ ਰਹੇ ਸੀ ਚਾਹੇ ਉਹ 40 ਸੀਟਾਂ ਦੇ ਫਿਕਰ ਨਾਲੇ ਬੱਚਿਆਂ ਦਾ ਸਮਰਥਨ ਕੀਤਾ ਪਰ ਬੱਚਿਆਂ ਨਾਲ ਖੜੇ ਜਿਹਨੂੰ ਲੈ ਕੇ ਫਿਰ ਉੱਥੋਂ ਦੇ ਵਿਭਾਗ ਨੇ ਉੱਥੋਂ ਦੀ ਸਰਕਾਰ ਨੇ ਇਸ ਨੂੰ ਇੱਕ ਵੱਖਰੇ ਤਰੀਕੇ ਨਾਲ ਬਾਚਿਆ ਕਿੱਚ ਬੱਚਿਆਂ ਦਾ ਕਸੂਰ ਕਿੱਥੇ ਆ ਬਿਲਕੁਲ ਸੇ ਇਸ ਲਈ ਹੁਣ ਉਹ ਇੱਧਰ ਵੀ ਕਹਿ ਸਕਦੇ ਨੇ ਕੇਂਦਰ ਸਰਕਾਰ ਨੂੰ ਵੀ ਕਿ ਭਾਈ ਅੱਗੇ ਤੋਂ ਤੁਸੀਂ ਵੀ ਇੱਕ ਚੈੱਕ ਪੋਸਟ ਰੱਖੋ ਕਿ ਘਟੋ ਘਟ ਗਲਤ ਦੱਸ ਆਵੇ ਜਾਨ ਨਾਲ ਬੱਚੇ ਨਾ ਆਉਣ ਦੂਸਰਾ ਉਹ ਆਪਣੀ ਇਮੀਗ੍ਰੇਸ਼ਨ ਵਿਭਾਗ ਨੂੰ ਵੀ ਤਾੜਨਾ ਕਰ ਸਕਦੇ ਨੇ ਫਿਲਹਾਲ ਇਹ ਫੌਰੀ ਰਾਹਤ ਹੈ ਪਰਮਾਨੈਂਟ ਜਿਹੀ ਰਾਹਤ ਨਹੀਂ ਹੈ ਜੀ ਸੋ ਫੌਰੀ ਰਾਤ ਇਹ ਹੈ ਕਿ ਉਹਨਾਂ ਦੇ ਜਹਾਜ਼ ਚੜਾ ਕੇ ਵਾਪਸ ਭੇਜਣ ਤੇ ਰੋਕ ਲਾ ਦਿੱਤੀ ਹੈ ਤੇ ਇਹਦੀਆਂ ਖਬਰਾਂ ਪਹਿਲਾਂ ਹੀ ਆਗੀਆਂ ਸੀ ਪਰ ਬੱਚਿਆਂ ਕੋਲ ਕੋਈ ਅਜੇ ਸੁਨੀਹਾ ਨਹੀਂ ਪਹੁੰਚਿਆ ਸੀ ਮਤਲਬ ਉਹਨਾਂ ਨੂੰ ਦਿਖਾਉਣ ਨੂੰ ਕੀ ਸੀ ਕਿ ਸਾਨੂੰ ਰੋਕਤਾ ਸੋ ਹੁਣ ਬਾਕਾਇਦਾ ਬੱਚਿਆਂ ਨੂੰ ਉਹਨਾਂ ਦੇ ਫੋਨ ਤੇ ਫੋਨ ਵੀ ਆ ਰਹੇ ਨੇ ਉਹਨਾਂ ਦੇ ਮੈਸੇਜ ਦੇ ਵਿੱਚ ਮੈਸੇਜ ਵੀ ਆ ਰਹੇ ਨੇ ਉਹਨਾਂ ਦੀ ਮੇਲ ਤੇ ਮੇਲ ਵੀ ਆ ਗਈ ਹੈ ਕਿ ਤੁਹਾਨੂੰ ਅਜੇ ਵਾਪਸ ਨਹੀਂ ਭੇਜਿਆ ਜਾ ਰਿਹਾ ਤੁਹਾਡੇ ਕੇਸ ਨੂੰ ਵਾਚਿਆ ਜਾਊਗਾ ਦੇਖਿਆ ਜਾਊਗਾ ਫੌਰੀ ਤੌਰ ਤੇ ਤੁਹਾਡੀ ਅਜੇ ਬਤਾਈਗੀ ਨਹੀਂ ਹੈ ਸੋ ਇਸ ਲਈ ਅਜੇ ਟੈਂਪਰੇਰੀ ਰਾਹਤ ਹੈ ਕੁਝ ਭਲਾਂ ਦੀ ਰਾਤ ਹੈਗੀਆ ਹੋ ਸਕਦਾ ਹੈ ਪਰਮਾਨੈਂਟ ਰਾਹਤ ਬਣ ਕੇ ਆਵੇ ਕਿਉਂਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਉਹਨਾਂ ਦੇ ਜੀਵਨ ਦਾ ਸਵਾਲ ਹੈ ਉਹਨਾਂ ਦੇ ਰਿਸ਼ਤੇ ਦਾ ਸਵਾਲ ਹੈ ਸੋ ਮਾਪਿਆਂ ਨੇ ਪਿੱਛੇ ਸਾਰਾ ਕੁਝ ਚੰਗੀ ਖਬਰ ਹੈ ਬਿਲਕੁਲ ਬਿਲਕੁਲ ਤਾਂ ਦੇਖਪ ਜੀ ਰਹਿੰਦੇ ਮਿੰਟਾਂ ਦੇ ਵਿੱਚ ਇੱਕ ਹੋਰ ਖਬਰ ਤੇ ਚਰਚਾ ਕਰ ਲੈਂਦੇ ਆ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕੀਤੀ ਹੈ ਕਿ ਬ੍ਰਿਜ ਪੋਸ਼ਣ ਦੇ ਖਿਲਾਫ ਜਿਹੜੇ ਪਹਿਲਵਾਨ ਨੇ ਉਹਨਾਂ ਦਾ ਦੰਗਲ ਲਗਾਤਾਰ ਜਾਰੀ ਹੈ ਕਿਸਾਨ ਵੀ ਵੱਡੀ ਗਿਣਤੀ ਵਿੱਚ ਲੋਕ ਵੀ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਪਰ ਇਸੇ ਦੇ ਵਿਚਾਲੇ ਇੱਕ ਰੈਫਰੀ ਦਾ ਜ਼ਿਕਰ ਹੋ ਰਿਹਾ ਜਿਸਦੇ ਵੱਲੋਂ ਕੋਈ ਬਿਆਨ ਦਿੱਤਾ ਗਿਆ ਸੀ ਤੇ ਉਸ ਦੀ ਟਿਕਟ ਵੀ ਕੱਟ ਦਿੱਤੀ ਗਈ ਹੈ ਜਤਿੰਦਰ ਜੀ ਬਿਲਕੁਲ ਪਹਿਲਵਾਨਾਂ ਨੇ ਮੁੜ ਕੇ ਕਿਹਾ ਬੱਚੀਆਂ ਨੇ ਉਹਨਾਂ ਨੇ ਕਿ ਹੇ ਧਰਨੇ ਤੋਂ ਉੱਠ ਕੇ ਜਾਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਧਰਨਾ ਖਤਮ ਹੋ ਗਿਆ ਉਹ ਕੱਲ ਪਟਿਆਲਾ ਵੀ ਪਹੁੰਚੇ ਹੋਈ ਸੀਗੇ ਹੈਨਾ ਫੋਗਟੋਰੀ ਹੈਨਾ ਤੇ ਉਹ ਬਕਾਇਦਾ ਉੱਥੇ ਹੋਰ ਵੀ ਕਦੋਂ ਪਹਿਲਵਾਨਾਂ ਨਾਲ ਸੀਗੇ ਉਹ ਕਿਸਾਨਾਂ ਦੇ ਅੱਖ ਚੋਂ ਕਹਿੰਦੇ ਕਿਸਾਨ ਜਦੋਂ ਦੇ ਲਈ ਸਾਡੇ ਹੱਕ ਚ ਆ ਸਕਦੇ ਨੇ ਤਾਂ ਅਸੀਂ ਜੀ ਬਿਲਕੁਲ ਪਰ ਦੂਸਰੇ ਪਾਸੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ درست ਹੈ ਕਿ ਬਕਾਇਦਾ ਜਗਵੀਰ ਸਿੰਘ ਹੋਰੀ ਜਿਹੜੇ ਰੈਫਰੀ ਨੇ ਅੰਤਰਰਾਸ਼ਟਰੀ ਰੈਫਰੀ ਨੇ ਉਹਨਾਂ ਨੇ ਪਿਛਲੇ ਦਿਨੀ ਪਹਿਲਵਾਨਾਂ ਦੇ ਹੱਕ ਚ ਬਿਆਨ ਦਰਜ ਕਰਾਇਆ ਹੈ ਹੈਨਾ ਤੇ ਉਸ ਬਿਆਨ ਤੋਂ ਬਾਅਦ ਕੀ ਸਥਿਤੀ ਚੋਂ ਲੰਗੀ ਹੋਣੀ ਸਰਕਾਰ ਤੇ ਉਹ ਇਹ ਜੋ ਹੋਰ ਕਿੰਨੇ ਦੇ ਬਿਆਨ ਸਾਹਮਣੇ ਆ ਰਹੇ ਨੇ ਜੀ ਤੇ ਇਹ ਉਹਦਾ ਨਤੀਜਾ ਸੀਗਾ ਕਿ ਜਗਵੀਰ ਸਿੰਘ ਹੋਰਾਂ ਦਾ ਵੀਜ਼ਾ ਵੀ ਲੱਗਿਆ ਹੋਇਆ ਸੀ ਜੀ ਟਿਕਟ ਵੀ ਬਣ ਗਈ ਸੀ ਭਾਰਤੀ ਕੁਸ਼ਤੀ ਟੀਮ ਦੇ ਨਾਲ ਉਹਨਾਂ ਨੇ ਬਕਾਇਦਾ ਤੌਰ ਤੇ ਜਾਣਾ ਸੀਗਾ ਤੇ ਉਹਨਾਂ ਦੇ ਉਹਦਾ ਮਤਲਬ ਕਿ ਨਾਂ ਕੱਟ ਦਿੱਤਾ ਗਿਆ ਤੁਰੰਤ ਕੁਸ਼ਤੀ ਚੈਂਪੀਅਨਸ਼ਿਪ ਤੋਂ ਐਨ ਮੌਕੇ ਤੇ ਜਾਣ ਤੋਂ ਪਹਿਲਾਂ ਉਹਨਾਂ ਦਾ ਨਾਂ ਹਟਾ ਲੈ ਗਿਆ ਮਤਲਬ ਇਹਦੇ ਪਿੱਛੇ ਦੇਖੋ ਕੀ ਹੈ ਦੋ ਰੈਫਰੀ ਹੈ ਨਾ ਤੇ ਮਤਲਬ ਕਿ ਕੁਝ ਖਿਡਾਰੀ ਤੇ ਇਹਨਾਂ ਸਾਰਿਆਂ ਨੇ ਜਿਨ੍ਹਾਂ ਨੇ 13 ਜੂਨ ਨੂੰ ਜਾਣਾ ਸੀਗਾ ਪ੍ਰੋਗਰਾਮ ਦੇ ਲਈ ਉਹਨਾਂ ਦੇ ਨਾਂ ਜਿਹਦੇ ਵਿੱਚ ਜਗਵੀਰ ਸਿੰਘ ਖਾਸ ਕਰਕੇ ਆ ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਇਹ ਖਲਵਾੜ ਹੋ ਰਿਹਾ ਬੱਚਿਆਂ ਨਾਲ ਉਹ ਖੁੱਲਕੇ ਇਸ ਮਸਲੇ ਤੇ ਬੋਲੇ ਸੀ ਤੇ ਫਿਰ ਉਹਨੇ ਬਿਆਨ ਵੀ ਉਸੇ ਤਰ੍ਹਾਂ ਦੇ ਦਰਜ ਕਰਾਇਆ ਸੀ ਇਹ ਅੰਦਰ ਸਰਕਾਰ ਬਦਲਾਖੋਰੀ ਤੇ ਹੈ ਜੀ ਬਿਲਕੁਲ ਤੇ ਦੂਸਰੇ ਪਾਸੇ ਉਹ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਬ੍ਰਿਜ ਪੁਛਣਾ ਆਪਣਾ ਸੋ ਉਹਦਾ ਪ੍ਰਦਰਸ਼ਨ ਵੀ ਜਾਰੀ ਹੈ ਤੇ ਇੱਧਰ ਇਹ ਪਹਿਲਵਾਨ ਕਹਿੰਦੇ ਆ ਕਿ ਸਾਨੂੰ ਡਰਾਇਆ ਧਮਕਾਇਆ ਵੀ ਜਾ ਰਿਹਾ ਸਾਡੇ ਦੇ ਸਮਝੌਤੇ ਦਾ ਦਬਾਅ ਵੀ ਹੈ ਜੀ ਜਿਹੜੀ ਗੱਲ ਆਪਾਂ ਮਿਤਛਾ ਦੀ ਬੈਠਕ ਤੋਂ ਬਾਅਦ ਕਰਨੀ ਸ਼ੁਰੂ ਕੀਤੀ ਸੀ ਉਹ ਗੱਲ ਹੁਣ ਉਹਨਾਂ ਦੇ ਬਿਆਨ ਚ ਸਾਹਮਣੇ ਆ ਗਈ ਕਿ ਬਿਲਕੁਲ ਸਾਨੂੰ ਸਮਝੌਤੇ ਲਈ ਦਬਾਅ ਬਣਾਇਆ ਜਾ ਰਿਹਾ ਤੇ ਪਰ ਉਹ ਦਬਣ ਵਾਲੇ ਅਜੇ ਨਹੀਂ ਹੈਗੇ ਬਿਸ਼ੱਕ ਕੁਝ ਪਰਿਵਾਰ ਮਕਰਾਏ ਕੁਝ ਗਵਾਹ ਮਕਰਾਏ ਕਿਸੇ ਬੱਚੀ ਦਾ ਪਿਤਾ ਦਾ ਮਕਰਾਉਣ ਦੀਆਂ ਖਬਰਾਂ ਨੇ ਪਰ ਉਹ ਕਹਿੰਦਾ ਕਿ ਮੈਂ ਅਦਾਲਤ ਸਾਹਮਣੇ ਆਪ ਕੜ ਕੇ ਬਿਆਨ ਲਏ ਇਸ ਲਈ ਮੇਰਾ ਬਿਆਨ ਮੰਨਿਆ ਜਾਵੇ ਸੋ ਦੇਖਦੇ ਜੀ ਕਹਾਣੀ ਕਿੱਧਰ ਜੋਗੀ ਜੇ ਤੇ ਲੋਗ ਹੈ ਬਿਲਕੁਲ ਬਿਲਕੁਲ ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥ ਜੀ ਇਹਨਾਂ ਖਬਰਾਂ ਤੇ ਅਸੀਂ ਵਿਚਾਰ ਸਾਂਝੇ ਕਰਾਂਗੇ ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਸ਼ਕਤਕਰ